जस टीवी देख रहे हो तुसीं, मैं केपी सिंह तुहाडा स्वागत करदा। पंचायतां कहिंदे पिंड दा परिवार हुंदा है, ते जदों पिंड दे विच कोई गल हुंदी है ते पंचायतां सारा कुछ सिरे चढ़दियां हैगियां। इह वेला सीगा कदों पंजाब दे विच जदों पंचायतां सब कुछ हुंदियां सी, हुण पंचायतां सब कुछ नहीं हैगियां, क्योंकि पंचायतों में उह सांझ नहीं हैगी ते पिंडां दा उह सोचदे नहीं हैगे। निजी पद्धर ते जाके सोचा जांदा है ते फिर जदों पैसे दे के पंचायतां बनाईयां जाण, फिर पैसे खाण वालियां पंचायतां बन गईयां, फिर संघी ढांचे की संघी कुटी जाएगी। तो जदों नजायज़ परचे होणगे, NOC मिल विच देरी हो जाएगी, तो फिर सवाल उठणगे लाजमी। पर यह सवाल पहली बार नहीं उठ रहे, सवाल दहाके तो उठ रहे हैं। उन्हां सवालों के जवाब आ जिहड़े सरकार हमेशा दावे करती है, चाहे कोई भी सरकार होवे, वो दावे करती है कि असी सोध करती है, 73वीं सोध के मुताबिक असी चलते पए हैगे आ, असी जमहूरी ढांचे नूं मजबूत करना, संघी ढांचे दा अगे असी वर्तारा जिहड़ा कायम करना हैगा। पर ये वर्तारे कायम नहीं हुंदे गे, लड़ाइयां करवाइयां जा रही, तो इस करके सवाल पूछना पै रहा पंचायतों लई पाटो ताड़ क्यों। पंचायत चोणों अज बहस क्यों कर रहे हैं, असं तुहानूं दस दईए, पंजाब विच पंचायत चोणों का अमल नेपरे चाड़न लई तैयारियां कीतियां जा रही हैं। 30 दिसंबर नूं पाईआं जाणगीआं पंचायतों लई वोटां। नामजदगी दौरान ही कई थावां ते हिंसक झड़पां, धड़ेबंदी ने सिरदर्दी वधा दिती हैगी है। पता नहीं किहदी सिरदर्दी वधाई है, ये गल का ध्यान रखियो, इस सवाल पुछांगे जरूर। सरकार दे सारे प्रबंध किए जाते दावियां ते सियासी धिरां ने सवाल चुक दिते है। जिहड़े विरोधी हैगे उन्होंने इल्जाम लाउणे हुंदे, उन्होंने फिर भी लाते हैगे है। पहिलां इल्जामां विच सच भी बहुत सारा छुपिया होया हैगा, उन्हां तों पुछांगे कि उन्होंने आपदे वेले की कीता। विरोधी धिरां दा प्रशासन ते इल्जाम है NOC देण विच देरी कीती गई है। तख्तशाही ते धांधली वाली चोणां दा जवाब 2019 च मिलेगा, श्रोमणी अकाली दल कह रहा। ਤੇ ਨਾਲ ਉਮੀਦਵਾਰਾਂ ਦੀ ਸਹੀ ਗਿਣਤੀ ਸਪਸ਼ਟ ਕਰਨ ਬਾਰੇ ਵੀ ਚੋਣ ਕਮਿਸ਼ਨ ਨੂੰ ਪੱਤਰ ਲਿਖਿਆ ਜਾ ਰਿਹਾ। ਆਮ ਆਦਮੀ ਪਾਰਟੀ ਵੀ ਮੰਗ ਪੱਤਰ ਦੇ ਰਹੀ ਹੈ, ਚੋਣ ਕਮਿਸ਼ਨ ਨੂੰ ਮਿਲ ਰਹੀ ਹੈ ਕਿ ਆਮ ਆਦਮੀ ਪਾਰਟੀ ਦੇ 2 ਮੈਂਬਰ ਪਾਰਲੀਮੈਂਟ ਹੈ, ਭਗਵੰਤ ਮਾਨ ਅਤੇ ਪ੍ਰੋਫੈਸਰ ਸਾਹਿਬ ਸਿੰਘ, ਉਹਨਾਂ ਨੇ ਐਲਾਨ ਕੀਤਾ ਕਿ ਸਰਬਸੰਮਤੀ ਨਾਲ ਚੁਣੀਆਂ ਗਈਆਂ ਪੰਚਾਇਤਾਂ ਨੂੰ MP ਫੰਡ 'ਚੋਂ 5 ਲੱਖ ਰੁਪਇਆ ਜਿਹੜਾ ਅਖਤਿਆਰੀ ਫੰਡ ਹੁੰਦਾ ਉਹ 'ਚੋਂ ਦਿੱਤੇ ਜਾਣਗੇ। ਅਤੇ ਗਰਾਊਂਡ 'ਤੇ ਕੀ ਹੋ ਰਿਹਾ, ਜ਼ਮੀਨ 'ਤੇ ਕੀ ਹੋ ਰਿਹਾ, ਪਿੰਡਾਂ ਦੀਆਂ ਸੱਥਾਂ 'ਚ ਕੀ ਹੋ ਰਿਹਾ ਹੈਗਾ, ਪਹਿਲਾਂ ਥੋੜ੍ਹਾ ਜਿਹਾ ਸੁਣ ਲਈਏ। ਵਿਕਾਸ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਪਿੰਡਾਂ ਦੇ ਵਿੱਚ ਧੜੇਬੰਦੀਆਂ ਹੋਣ ਕਾਰਨ ਵਿਕਾਸ ਨਹੀਂ ਹੋ ਸਕਿਆ, ਵਿਕਾਸ ਦਾ ਪਹੀਆ ਬਿਲਕੁਲ ਰੁਕਿਆ ਹੋਇਆ। ਅਤੇ ਅਸੀਂ ਚਾਹੁੰਦੇ ਹਾਂ ਵੀ ਨੌਜਵਾਨ ਵਰਗ ਅੱਗੇ ਆਵੇ ਅਤੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਧੜੇਬੰਦੀ ਤੋਂ ਉੱਪਰ ਉੱਠ ਕੇ ਪਿੰਡਾਂ ਦਾ ਵਿਕਾਸ ਮੁੱਖ ਕਾਰਨ ਹੋਣਗੇ। ਤੁਸੀਂ ਆਪਣੇ ਪਿੰਡ ਦੇ ਵਿੱਚ ਕੀ ਜਿਹੜੀ ਮੇਨ ਸਮੱਸਿਆ ਜਾਂ ਕੋਈ ਕੀ ਮੁੱਦੇ ਲੱਗ ਜਾਂਦੇ? ਮੇਨ ਸਮੱਸਿਆ ਹੈਗੀ ਆ ਸੀਵਰੇਜ, ਅਤੇ ਸਾਡਾ ਖੇਡ ਸਟੇਡੀਅਮ ਆ ਜਿਹੜਾ ਅਧੂਰਾ ਪਿਆ, ਜੋ ਕਿ ਸਰਕਾਰੀ ਗ੍ਰਾਂਟਾਂ ਦੇ ਰੁਕਾਵਟ ਕਾਰਨ ਰੁਕਿਆ ਹੋਇਆ। ਅਸੀਂ ਚੱਲ ਮੰਨਦੇ ਵੀ ਅਕਾਲੀ ਪਾਰਟੀ ਨੇ ਧੱਕਾ ਕਰਨ, ਪਰ ਕਾਂਗਰਸੀਆਂ ਨੇ ਵੀ ਧੱਕਾ ਕਰ ਰਹੇ ਨੇ ਅਤੇ ਸਾਨੂੰ ਇਹਨਾਂ ਕੁਛ ਕਰ ਨਹੀਂ ਦਿੱਤਾ। ਅਸੀਂ ਕਹਿੰਦੇ ਵੀ ਸਾਨੂੰ ਬਸ ਉਮੀਦਵਾਰ ਸਹੀ ਚਾਹੀਦਾ, ਵੋਟਾਂ ਨਾਲ ਜਿਵੇਂ ਮਰਜ਼ੀ ਜਿੱਤ ਲੈਣ, ਪਰ ਧੱਕਾਸ਼ਾਹੀ ਨਹੀਂ ਕਿਸੇ ਨੂੰ ਆਉਣੀ ਚਾਹੀਦੀ। ਗੁਰਚਰਨ ਸਿੰਘ ਅਤੇ ਉਹਦੇ ਪਿਓ ਨੇ ਮੇਰੇ 2-2 ਚਪੇੜਾਂ ਮਾਰੀਆਂ ਨੇ ਉੱਥੇ, ਅਤੇ ਮੇਰੇ ਤੋਂ ਫੈਲ ਖੋਹ ਕੇ ਲੈ ਕੇ ਗਏ ਕਿ ਮੈਨੂੰ ਸੂਰਜ ਜ਼ਬਰਦਸਤੀ ਕਹਿੰਦੇ ਪਏ ਨੇ ਵੀ ਜਾ ਸਾਂਘੇ ਦਾ ਫੋਨ ਕਰਾਇਆ, ਜਿੱਥੇ ਮਰਜ਼ੀ ਜ਼ੋਰ ਲੈ ਲਓ, ਚੁੱਕ ਲਾਈਆਂ ਤੈਨੂੰ ਚੁੱਕ, ਮੈਨੂੰ ਐਵੇਂ ਧਮਕੀ ਦਿੱਤੀ ਉਹਨੇ। ਉਮੀਦ ਮੇਰੇ ਮਨ 'ਚ ਚਾਹਤ ਅਸੀਂ ਆਪਣਾ ਕੰਮ ਕਾਰ ਕਰਦੇ ਸੀ, ਪਰ ਇਸ ਫੀਲਡ ਵਿੱਚ ਆਉਣ ਦੀ ਇੱਕ ਵਜ੍ਹਾ ਆ, ਜੇ ਅਸੀਂ ਆਪਣੇ ਪਿੰਡ ਨੂੰ ਦੂਜੇ ਪਿੰਡਾਂ ਦੇ ਮੁਕਾਬਲੇ ਦੇਖਦੇ ਹਾਂ ਤਾਂ ਅਸੀਂ ਪਿੱਛੇ ਬਹੁਤ ਨਜ਼ਰ ਆ ਰਹੇ, ਅਸੀਂ ਬੈਕ 'ਤੇ ਬਹੁਤ ਜਾ ਰਹੇ। ਇਸ ਕਰਕੇ ਸਾਡੇ ਪਿੰਡ ਪਿਛਲੇ 10 ਸਾਲ ਤੋਂ ਛੱਪੜਾਂ ਦੀਆਂ ਗਲੀਆਂ ਨਾਲੀਆਂ ਦੀ ਪੂਰੀ ਦੁਰਦਸ਼ਾ ਹੋਈ ਪਈ ਹੈ। ਸਾਡੇ ਸਕੂਲ ਦੀ ਗਰਾਊਂਡ ਜੋ ਅਸੀਂ ਹਰ ਸਾਲ ਟੂਰਨਾਮੈਂਟ ਕਰਵਾਉਂਦੇ ਸੀ ਉਸਦਾ ਵੀ ਢਾਂਚਾ ਵਿਗੜ ਚੁੱਕਿਆ ਹੈ। ਮੇਰੇ ਮਨ 'ਚ ਇਹੀ ਚਾਹਤ ਆ ਕਿ ਆਪਣੇ ਪਿੰਡ ਨੂੰ ਸਾਫ਼ ਸੁਥਰਾ ਔਰ ਜੋ ਛੱਪੜਾਂ ਦੀ ਸਫਾਈ ਪਹਿਲ ਦੇ ਆਧਾਰ 'ਤੇ ਅਤੇ ਆਪਣੇ ਭਾਈਚਾਰੇ ਨੂੰ ਪੂਰਾ ਜੋੜ ਕੇ ਅਸੀਂ ਇੱਕ ਸਾਰ ਪੂਰੇ ਪਿੰਡ ਦੀ ਮਿਸਾਲ ਆਪਣੇ ਜ਼ਿਲ੍ਹੇ ਵਿੱਚ ਪੇਸ਼ ਕਰੀਏ ਅਤੇ ਆਪਣੀ ਪਿੰਡ ਨੂੰ ਲੜਾਈ ਝਗੜੇ ਤੋਂ ਮੁਕਤ ਕਰੀਏ। ਪਹਿਲਾਂ ਵਿਕਾਸ ਇਸ ਕਰਕੇ ਨਹੀਂ ਹੋਇਆ ਜੀ, ਜਿਹੜੀ ਪੰਚਾਇਤਾਂ ਜਿਹੜਾ ਪਿਛਲੇ 10 ਸਾਲਾਂ ਦੇ ਵਿੱਚ ਤਾਂ ਸਰਕਾਰ ਨੇ ਪੈਸੇ ਨਹੀਂ ਉਹਨੇ ਪੂਰੇ ਦਿੱਤੇ, ਪਲੱਸ ਜਿਹੜੇ ਸਰਪੰਚ ਵੀ ਬਣੇ ਸੀਗੇ ਉਹ ਵੀ ਸਾਡੇ ਸਰਪੰਚ ਨੇ ਕੁਛ ਨਹੀਂ ਕੀਤਾ, ਹੁਣ ਸਿਰਫ ਆਪਣੀ ਇੱਕ ਠੇਕੇਦਾਰੀ ਕਰਕੇ ਆਪਣੇ 2 ਲੇਬਰ ਲਾ ਕੇ ਪਿੰਡ ਦੇ ਵਿੱਚ ਉਹੀ ਕੰਮ ਕੀਤਾ। ਹੋਰ ਸਵਾਲ ਇੱਕ ਹੀ ਪੁੱਛਾਂਗੇ, ਵੱਡਾ ਸਵਾਲ ਅਸੀਂ ਇਹ ਪੁੱਛਾਂਗੇ ਇਸ ਬਹਿਸ ਦੇ ਵਿੱਚ ਕਿ ਪੰਜਾਬ ਦੀਆਂ ਪੰਚਾਇਤ ਚੋਣਾਂ ਵਿੱਚ ਸਰਬਸੰਮਤੀ ਨੂੰ ਰੋਕਣ ਲਈ ਸਿਆਸਤ ਨੇ ਹੁਣ ਤੱਕ ਕੀ ਕੀਤਾ? ਵੈਸੇ ਸਵਾਲ ਤਾਂ ਇਹ ਪੁੱਛਣਾ ਚਾਹੀਦਾ ਸੀਗਾ ਸਰਬਸੰਮਤੀ ਨੂੰ ਅੱਗੇ ਵਧਾਉਣ ਲਈ ਸਿਆਸਤ ਨੇ ਹੁਣ ਤੱਕ ਕੀ ਕੀਤਾ, ਪਰ ਇਹ ਸਵਾਲ ਪੁੱਠਾ ਹੈਗਾ ਕਿਉਂਕਿ ਕੰਮ ਹੀ ਪੁੱਠੇ ਹੋ ਰਿਹਾ। ਇਸ ਕਰਕੇ ਸਵਾਲ ਪੁੱਛਣਾ ਪੈ ਰਿਹਾ, ਪੰਜਾਬ ਦੀਆਂ ਪੰਚਾਇਤ ਚੋਣਾਂ ਵਿੱਚ ਸਰਬਸੰਮਤੀ ਨੂੰ ਰੋਕਣ ਲਈ ਸਿਆਸਤ ਨੇ ਹੁਣ ਤੱਕ ਕੀ ਕੀਤਾ ਹੈਗਾ, ਸਿਆਸਤ ਦਾ ਕੀ ਰੋਲ ਰਿਹਾ ਹੈਗਾ? ਇਸ ਸਵਾਲ 'ਤੇ ਬਹਿਸ ਕਰਾਂਗੇ। ਖਾਸ ਪੈਨਲ ਸਾਡੇ ਨਾਲ ਇੱਥੇ ਸਟੂਡੀਓ 'ਚ ਮੌਜੂਦ ਹੈਗਾ, ਉਹਨਾਂ ਤੁਹਾਡਾ ਤਰਫ ਕਰਾ ਦਈਏ। ਡਾਕਟਰ ਗਿਆਨ ਸਿੰਘ, ਐਗਰੋ ਇਕਨੋਮਿਸਟ ਨੇ, ਇਹ ਪਿੰਡਾਂ ਦਾ ਜਿਹੜਾ ਸੱਭਿਆਚਾਰਕ ਹੈਗਾ, ਸੱਭਿਆਚਾਰਕ ਸਾਂਝ ਹੈ ਕੀ ਹੈ, ਉਸ ਦੀ ਗੱਲ ਤਾਂ ਇਹਨਾਂ ਤੋਂ ਨਹੀਂ ਸਮਝਾਂਗੇ ਅਸੀਂ ਇਹ ਸਮਝਾਂਗੇ ਕਿ ਪਿੰਡਾਂ ਦੇ ਵਿੱਚ ਜਿਹੜੇ ਵਿਕਾਸ ਦੇ ਦਾਅਵੇ ਹੈਗੇ ਉਹ ਕਿੱਥੇ ਜਾ ਕੇ
ਟੁੱਟ ਜਾਂਦੇ ਆ, ਰੁਕ ਜਾਂਦੇ ਆ, ਅਤੇ ਪਿੰਡਾਂ ਦੇ ਵਿੱਚ ਕਿਸਾਨੀ ਦਿਹਾਤੀ ਖੇਤਰ ਹੈਗਾ ਜਿਹੜਾ ਪਿੰਡਾਂ ਦਾ, ਉਹ ਕਿਸ ਤਰੀਕੇ ਨਾਲ ਅੱਗੇ ਵੱਧ ਸਕਦਾ ਹੈਗਾ, ਇਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਅਰਥਚਾਰਾ ਵਿਗੜ ਚੁੱਕਿਆ ਅਤੇ ਪਿੰਡਾਂ ਦੇ ਸ਼ਹਿਰਾਂ ਦੀ ਸਾਂਝ ਆ ਜਿਹੜੀ ਉਹ ਟੁੱਟ ਚੁੱਕੀ ਹੈਗੀ। ਡਾਕਟਰ ਗਿਆਨ ਸਿੰਘ ਤੁਹਾਡਾ ਬਹੁਤ ਸਵਾਗਤ ਹੈ। ਡਾਕਟਰ ਪਹਿਲਾ ਗਰਗ, ਇਹ ਇੱਕ ਮਾਹਰ ਦੇ ਤੌਰ 'ਤੇ ਸਾਡੇ ਇੱਥੇ ਮੌਜੂਦ ਰਹਿਣਗੇ। ਪਿੰਡ ਬਚਾਓ ਪੰਜਾਬ ਬਚਾਓ ਜਿਹੜੇ ਇਹਨਾਂ ਨੇ ਸੰਘਰਸ਼ ਵਿੱਢਿਆ ਹੋਇਆ, ਉਸ ਸੰਘਰਸ਼ ਦਾ ਸਾਥ ਦੇਣ ਦੀ ਜ਼ਰੂਰਤ ਹੈਗੀ। ਅੱਜ ਦੀ ਤਰੀਕ ਦੇ ਵਿੱਚ ਸਾਥ ਨਹੀਂ ਦਿਉਂਗੇ ਤਾਂ ਫਿਰ ਸਿਰਫ ਸਿਆਸਤ ਬਚੇਗੀ, ਨਾ ਪਿੰਡ ਬਚੇਗਾ, ਨਾ ਪੰਜਾਬ ਬਚੇਗਾ। ਡਾਕਟਰ ਪਹਿਲਾ ਗਰਗ ਤੁਹਾਡਾ ਬਹੁਤ ਸਵਾਗਤ ਹੈ। ਸਮਝਣ ਦੀ ਕੋਸ਼ਿਸ਼ ਕਰਾਂਗੇ ਡਾਕਟਰ ਪਹਿਲਾ ਗਰਗ ਉਰੇ ਜਾਂ ਇਹਨਾਂ ਦੀ ਜਿਹੜੀ ਸੰਘਰਸ਼ ਕਮੇਟੀ ਹੈਗੀ, ਉਹਦੇ ਕੋਲ ਕੀ ਫਾਰਮੂਲੇ ਹੈਗੇ ਆ, ਪਿੰਡ ਕਿਵੇਂ ਬਚੇਗਾ, ਪੰਜਾਬ ਕਿਵੇਂ ਬਚੇਗਾ। ਗੁਰਵਿੰਦਰ ਸਿੰਘ ਬਾਲੀ ਕਾਂਗਰਸ ਦੇ ਬੁਲਾਰੇ ਆ, ਗੁਰਵਿੰਦਰ ਸਿੰਘ ਬਾਲੀ ਤੁਹਾਡਾ ਬਹੁਤ ਸਵਾਗਤ ਹੈ। ਅਤੇ ਸਤਿੰਦਰ ਸਿੰਘ ਗਿੱਲ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ, ਸਤਿੰਦਰ ਸਿੰਘ ਗਿੱਲ ਤੁਹਾਡਾ ਬਹੁਤ ਸਵਾਗਤ ਹੈ। ਜਸਤੇਜ ਸਿੰਘ ਆਮ ਆਦਮੀ ਪਾਰਟੀ ਦੇ ਬੁਲਾਰੇ, ਨਾਲ ਹੀ ਵਕੀਲ ਵੀ ਨੇ, ਅਤੇ ਜਸਤੇਜ ਸਿੰਘ ਅੱਜ ਵਫਦ ਦੇ ਵਿੱਚ ਵੀ ਸ਼ਾਮਿਲ ਸੀ ਜਿਹੜੇ ਚੋਣ ਕਮਿਸ਼ਨ ਨੂੰ ਮਿਲ ਕੇ ਆਇਆ ਹੈਗਾ। ਸਭ ਤੋਂ ਪਹਿਲਾ ਸਵਾਲ ਡਾਕਟਰ ਪਹਿਲਾ ਗਰਗ ਤੁਹਾਨੂੰ ਕਰਨਾ ਚਾਹੂੰਗਾ। ਡਾਕਟਰ ਪਹਿਲਾ ਗਰਗ, ਜੇ ਸਿੱਧਾ ਮੈਂ ਸਵਾਲ ਸਿਆਸਤ ਤੋਂ ਸ਼ੁਰੂ ਕਰਾਂ ਤਾਂ ਸ਼ਾਇਦ ਡਾਂਗਾ ਸੁੱਟੀਆਂ ਚੱਕੀਆਂ ਜਾਣਗੀਆਂ। ਮੇਰਾ ਸਵਾਲ ਉਲਟ ਹੈਗਾ, ਇਹ ਸਿਆਸਤ ਨੂੰ ਕੌਣ ਸਮਝਾਊਗਾ ਕਿ ਸਰਬਸੰਮਤੀ ਨਾਂ ਦੀ ਕੋਈ ਚੀਜ਼ ਹੁੰਦੀ ਹੈ ਪਿੰਡਾਂ ਦੇ ਵਿੱਚ, ਇਹ ਸਿਆਸਤ ਨੂੰ ਕੌਣ ਸਮਝਾਊਗਾ? ਦੇਖੋ, ਜਿੱਥੋਂ ਤੱਕ ਸਵਾਲ ਆਇਆ ਵੀ ਹੁਣ ਜਿੱਦਾਂ ਦੀ ਸਿਆਸਤ 'ਚ ਪਾਟੋ ਧਾੜ, ਜਿੱਦਾਂ ਦਾ ਪਰਿਵਾਰਵਾਦ ਸ਼ੁਰੂ ਹੋਇਆ ਹੋਇਆ, ਇੱਕ ਦੂਜੇ 'ਤੇ ਐਲੀਗੇਸ਼ਨ ਲਾਉਣੇ ਅਤੇ ਫਿਰ ਆਪਦੇ ਵੇਲੇ ਉਹੀ ਕੁਛ ਕਰਨਾ ਅਤੇ ਉਦੋਂ ਕਹਿਣਾ ਵੀ ਅਸੀਂ ਵਿਕਟਮ ਹਾਂ, ਇੱਕ ਪਾਰਟੀ ਜਾਂ ਦੂਜੀ ਪਾਰਟੀ ਰਾਜ ਕਰਦੀ ਉਦੋਂ ਦੂਜੀ ਪਾਰਟੀ ਵਿਕਟਮ ਬਣ ਜਾਂਦੀ ਹੈ, ਇਹ ਇੱਕ ਸਿਸਟਮ ਚੱਲ ਰਿਹਾ। ਇਹ ਸਿਸਟਮ ਦੇ ਵਿੱਚ ਮੈਨੂੰ ਲੱਗਦਾ ਨਹੀਂ ਵੀ ਜਿਹੜੇ ਸਿਆਸਤਦਾਨ ਨੇ ਉਹ ਪੰਚਾਇਤਾਂ ਨੂੰ ਆਪਣੇ ਉਹ ਅਧਿਕਾਰ ਦੇਣ ਦੀ ਕੋਸ਼ਿਸ਼ ਕਰਨਗੇ ਜੋ ਉਹਦੇ 'ਚ ਸੰਵਿਧਾਨ ਦੇ ਵਿੱਚ ਨੇ ਅਤੇ ਜੋ 1994 ਦੇ ਪੰਜਾਬ ਪੰਚਾਇਤ ਕਾਨੂੰਨ 'ਚ ਨੇ। ਪਰ ਕਿਉਂਕਿ ਪਿੰਡਾਂ ਦੀ ਹਾਲਤ ਬਹੁਤ ਬਦਤਰ ਹੋ ਗਈ, ਪਿੰਡਾਂ ਦੇ ਲੋਕ ਬਹੁਤ ਤੰਗ ਹੋ ਗਏ ਨੇ, ਹੁਣ ਪਿੰਡਾਂ ਦੇ ਲੋਕ ਨੌਜਵਾਨ ਕਲੱਬ ਹੋਰ ਬਹੁਤ ਸਾਰੇ ਅੱਗੇ ਆ ਰਹੇ ਨੇ, ਬਹੁਤ ਸਾਰੀਆਂ ਧਾਰਮਿਕ ਜਥੇਬੰਦੀਆਂ ਵੀ ਅੱਗੇ ਆ ਰਹੀਆਂ ਨੇ ਜਿਹੜੀਆਂ ਇਹ ਕੋਸ਼ਿਸ਼ ਕਰ ਰਹੀਆਂ ਨੇ ਕਿ ਅਸੀਂ ਆਪਦੇ ਪਿੰਡ ਦੇ ਵਿੱਚ ਧੜੇਬੰਦੀ ਨਹੀਂ ਹੋਣ ਦੇਣੀ, ਭਾਈਚਾਰਾ ਨਹੀਂ ਟੁੱਟਣ ਦੇਣਾ, ਅਤੇ ਕਾਫੀ ਸਰਬਸੰਮਤੀਆਂ ਵੀ ਆ ਰੌਲੇ ਗੌਲੇ ਦੇ ਬਾਵਜੂਦ ਜਿੰਨਾ ਤੁਸੀਂ ਦਿਖਾਇਆ ਹੈ ਇਹਦੇ ਬਾਵਜੂਦ ਸਰਬਸੰਮਤੀਆਂ ਵੀ ਗੁਰਦੁਆਰਿਆਂ ਦੇ ਸਪੀਕਰਾਂ 'ਚ ਵੱਜਣਾ ਸ਼ੁਰੂ ਹੋ ਗਿਆ ਕਿ ਸਰਬਸੰਮਤੀ ਆਪਾਂ ਕਰੀਏ ਅਤੇ ਸਰਬਸੰਮਤੀ ਕਰਨ ਵਾਸਤੇ ਸੋਸ਼ਲ ਮੀਡੀਆ 'ਤੇ ਆ ਰਿਹਾ, ਗੁਰਦੁਆਰਿਆਂ ਦੇ ਸਪੀਕਰਾਂ 'ਚ ਆ ਰਿਹਾ, ਨੌਜਵਾਨ ਕਲੱਬ ਕਹਿ ਰਹੇ ਨੇ, ਵਾਰਡ ਬਣਾ ਕੇ ਲਿਖਿਆ ਜਾ ਰਿਹਾ। ਸਿਆਸਤ ਨੂੰ ਕਿਉਂ ਨਹੀਂ ਸੁਣਦਾ ਫਿਰ, ਸਿਆਸਤ ਨੂੰ ਦੇਖਦਾ ਨਹੀਂ, ਕਿਉਂਕਿ ਸਿਆਸਤ ਦੇ ਇੰਟਰਸਟ 'ਚ ਨਹੀਂ ਆ। ਜੇ ਸਰਬਸੰਮਤੀ ਹੋਊਗੀ, ਲੋਕਾਂ ਦਾ ਭਾਈਚਾਰਾ ਰਹੇਗਾ ਤਾਂ ਲੋਕ ਉੱਥੇ ਫਿਰ ਵਿਕਾਸ ਦੇ ਕੰਮਾਂ 'ਚ ਇਕੱਠੇ ਹੋ ਕੇ ਕੰਮ ਕਰਨਗੇ, ਜਦੋਂ ਇਕੱਠੇ ਹੋ ਕੇ ਵਿਕਾਸ ਦੇ ਕੰਮਾਂ 'ਚ ਕੰਮ ਕਰਨਗੇ ਤਾਂ ਉਹ ਸਿਆਸਤ ਨੂੰ ਪੁੱਛਣਗੇ ਵੀ ਦੱਸੋ ਸਾਡਾ ਹਿੱਸਾ ਕਿੱਥੇ ਹੈ, ਕਿ ਇਸ ਕਰਕੇ ਉਹ ਜਦ ਲੋਕ ਇਕੱਠੇ ਹੋ ਗਏ ਤਾਂ ਉਹ ਜਿਹੜੀ ਸਿਆਸਤ ਪਾਟੋ ਧਾਰ ਰਾਹੀਂ ਰਾਜ ਕਰਦੀ ਹੈ, ਡਿਵਾਈਡ ਐਂਡ ਰੂਲ ਦੀ ਪਾਲਸੀ ਹੈ, ਉਹ ਚੱਲੇਗੀ ਨਹੀਂ। ਉਹਨਾਂ ਦੀ ਉਹ ਪਾਵਰ ਨੇ ਅੱਜ ਕੀ ਹੈ, ਅੱਜ ਜੇ ਕੋਈ ਈਵਨ ਚੈੱਕ ਦੇਣਾ, ਕੁਛ ਕਰਨਾ, ਕੋਈ ਕੰਮ ਕਰਨਾ ਥਾਣੇ 'ਚ, ਫਿਰ ਥਾਣੇ 'ਚ ਸਰਪੰਚ ਨੂੰ, ਕਿਉਂਕਿ MLA ਨੂੰ ਕਹਿਣਾ ਪਏਗਾ, ਜਾਂ ਉਹ ਹਲਕਾ ਇੰਚਾਰਜ ਨੂੰ ਕਹਿਣਾ ਪਏਗਾ, ਜਾਂ ਕੋਈ ਵਿਰੋਧੀ ਪਾਰਟੀ ਦਾ ਵੀ ਹੈ ਉਹਦੀ ਤਾਕਤ ਚੱਲਦੀ ਹੈ, ਉਹ ਕਹੇਗਾ। ਹੁਣ ਉਹ ਕਿਉਂਕਿ ਥਾਣਿਆਂ 'ਚ ਕਚਹਿਰੀਆਂ ਤੱਕ ਰਹਿ ਗਿਆ ਕੰਮ, ਵੀ ਉੱਥੇ ਤੁਹਾਨੂੰ ਛਡਾ ਦੇਣਾ, ਉੱਥੇ ਫਸਾ ਦੇਣਾ। ਸੋ ਜਦ ਪਿੰਡਾਂ ਦਾ ਵਿਕਾਸ ਆਪ ਹੋਣ ਲੱਗ ਗਿਆ ਤਾਂ ਇਹਨਾਂ ਨੂੰ ਰੀਅਲ ਕੰਮ ਕਰਨਾ ਪਏਗਾ ਪੋਲੀਟੀਸ਼ੀਅਨਾਂ ਨੂੰ। ਇਹਨਾਂ ਨੂੰ ਇਹ ਨਹੀਂ ਹੈ ਵੀ ਦੋ ਦਿਨ ਦਾ ਅਜਲਾਸ ਕਰਕੇ ਅਤੇ ਵਿਹਲੇ ਹੋ ਗਏ, ਇਹਨਾਂ ਨੂੰ ਸੋਚਣਾ ਪਏਗਾ ਨਿੱਠ ਕੇ ਸਾਰੀਆਂ ਪਾਰਟੀਆਂ ਨੂੰ ਕਿ ਕਿਸਾਨ ਸੁਈਸਾਈਡ ਕਿਉਂ ਕਰ ਰਿਹਾ, ਖੇਤੀ ਘਾਟੇ 'ਚ ਕਿਉਂ ਜਾ ਰਹੀ ਹੈ, ਲੋਕਾਂ 'ਚ ਬੇਰੁਜ਼ਗਾਰੀ ਕਿਉਂ ਹੈ, ਨਸ਼ੇ ਕਿਉਂ ਨੇ, ਇਹਦੀ ਬਜਾਏ ਕਿ ਇੱਕ ਦੂਜੇ ਨੂੰ ਦੋਸ਼ ਲਈ ਜਾ ਕੇ ਸੋਚਣਾ ਪਏਗਾ। ਬਹੁਤ ਬਹੁਤ ਅਹਿਮ ਵਿਸ਼ੇ ਹੈਗੇ ਹੈ ਡਾਕਟਰ ਗਿਆਨ ਸਿੰਘ। ਡਾਕਟਰ ਗਿਆਨ ਸਿੰਘ, ਜਦੋਂ ਵੱਟਾਂ ਬਣਾਈ ਜਾਂਦੀਆਂ ਖੇਤਾਂ ਦੇ ਵਿੱਚ ਤਾਂ ਉਹ ਪਾਣੀ ਰੋਕਣ ਦੇ ਲਈ ਜਾਂ ਅਸੀਂ ਫਸਲ ਬਚਾਉਣ ਦੇ ਲਈ ਕੰਮ ਕਰਦੇ ਹਾਂ, ਫਿਰਨੀਆਂ ਦੇ ਵਿੱਚ ਜਦੋਂ ਅਸੀਂ ਲੰਘਦੇ ਹੈਗੇ ਤਾਂ ਅਸੀਂ ਚਾਹੁੰਦੇ ਹਾਂ ਕਿ ਸਾਰੇ ਪਿੰਡ ਦੇ ਵਿੱਚ ਸਾਂਝ ਬਰਕਰਾਰ ਆਵੇ, ਜਦੋਂ ਕੋਈ ਪਿੰਡ 'ਚ ਮੁਸੀਬਤ ਆਉਂਦੀ ਉਦੋਂ ਸਾਰੇ ਇਕੱਠੇ ਹੁੰਦੇ ਹਾਂ ਅਸੀਂ, ਪਰ ਜਦੋਂ ਪੰਚਾਇਤ ਚੋਣਾਂ ਆਉਂਦੀਆਂ, ਜਦੋਂ ਕੋਈ ਵੀ ਚੋਣਾਂ ਇਹੋ ਜਿਹੀਆਂ ਹੁੰਦੀਆਂ, ਅਸੀਂ ਇੰਨੀ ਕੁ ਦੂਰੀ ਬਣਾ ਦਿੰਦੇ ਹਾਂ ਆਪਸ ਦੇ ਵਿੱਚ, ਬਾਕੀ ਧੜਾ ਕਹਿ ਕੇ ਲੜਾ ਦਿੰਦੇ ਹਾਂ, ਪੈਸੇ ਦਿੰਦੇ ਹਾਂ ਭਾਈ ਤੂੰ ਸਰਪੰਚ ਬਣ ਜਾ, ਅਤੇ ਜਿਹੜਾ ਪੈਸੇ ਦੇ ਕੇ ਪੈਸੇ ਲੈ ਕੇ ਸਰਪੰਚ ਬਣਦਾ ਫਿਰ ਪਿੰਡ ਦਾ ਵਿਕਾਸ ਕਿਵੇਂ ਕਰੂਗਾ, ਇਹ ਕਹਿੰਦੇ ਕਿਸਾਨ ਖੁਦਕੁਸ਼ੀਆਂ, ਦਿਹਾਤੀ ਮਜ਼ਦੂਰ, ਤੁਸੀਂ ਇਸ 'ਤੇ ਕੋਈ ਟਿੱਪਣੀ ਕਰਨਾ ਚਾਹੋਗੇ ਡਾਕਟਰ ਗਿਆਨ ਸਿੰਘ? ਮੈਨੂੰ ਇਹ ਲੱਗਦੀ ਹੈ ਗੱਲ ਜਿਹੜੀ ਤਾਂ ਲੜਾਉਣ ਵਾਲੀ ਹੈ ਉਹ ਤਾਂ ਦੋ ਪੱਧਰ 'ਤੇ ਹੈ। ਇੱਕ ਤਾਂ 1900 ਪਿਛਲੇ 71 ਸਾਲ ਤੋਂ ਸਾਡੇ ਜਿਹੜੇ ਸਿਆਸਤਦਾਨ ਨੇ ਉਹਨਾਂ ਨੇ ਦਾਅਵੇ ਦੇ ਵਾਅਦੇ ਕੀਤੇ ਹੈ, ਇਹ ਇਮਾਨਦਾਰੀ ਅਤੇ ਦਿਆਨਦਾਰੀ ਨਾਲ ਕੰਮ ਨਹੀਂ ਕੀਤਾ। ਠੀਕ ਹੈ। ਇਹਦੇ ਨਾਲ ਨਾਲ ਪਿੰਡ ਦੇ ਜਿਹੜੇ ਘੜਮ ਚੌਧਰੀ ਨੇ ਜਿਹੜੇ ਵੱਖ ਵੱਖ ਕਾਰਨਾਂ ਕਰਕੇ ਪੈਸਾ ਇਕੱਠਾ ਕਰ ਗਏ, ਸਾਧਨ ਇਕੱਠੇ ਕਰ ਗਏ, ਉਹ ਵੀ ਲੋਕਾਂ ਨੂੰ ਲੜਾ ਰਹੇ ਨੇ, ਪਰ ਹਾਲਤ ਇਹ ਇੱਥੋਂ ਤੱਕ ਵਿਗੜ ਗਈ ਹੈ ਕਿ ਮੈਂ ਜਿੰਨਾ ਪਿੰਡਾਂ ਜਾਂਦਾ ਪੰਜਾਬ ਦੇ ਪਿੰਡ ਖੋਲੇ ਬਣ ਗਏ ਨੇ, ਐਜੂਕੇਸ਼ਨ ਸਕੂਲ ਬੰਦ ਹੋ ਰਹੇ ਨੇ, ਹਸਪਤਾਲ ਪਹਿਲਾਂ ਘੱਟ ਨੇ ਉਹ ਵੀ ਬੰਦ ਹੋ ਰਹੇ ਨੇ, ਡਾਕਟਰ ਹੈ ਨਹੀਂ, ਦਵਾਈ ਹੈ ਨਹੀਂ। ਇਹ 'ਚ ਇੱਕ ਰਾਜਸੀ ਪਾਰਟੀ ਨਹੀਂ, 1900 ਪਿਛਲੇ 71 ਸਾਲ ਤੋਂ ਲੈ ਕੇ 71 ਸਾਲਾਂ ਤੋਂ ਸਾਰੀਆਂ ਪਾਰਟੀਆਂ ਇਹਦੇ 'ਚ ਜ਼ਿੰਮੇਵਾਰ ਨੇ। ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਕਿਹਾ ਇਹ ਪਿੰਡ ਬਚਾਓ ਪੰਜਾਬ ਬਚਾਓ ਸੰਸਥਾ ਵਾਲਾ ਕੰਮ ਜਿਹੜਾ ਵੱਡਾ ਇਹ ਕਰ ਰਹੇ ਨੇ, ਉੱਥੇ ਜ਼ਰੂਰ ਇਹ ਕਰਨ ਉਮੀਦ ਦੀ ਕਰਨ ਆ ਰਹੀ ਹੈ,
ਬਿਨਾਂ ਅੱਗੇ ਨਹੀਂ ਵਧ ਰਹੇ ਅਤੇ ਸਾਡੇ ਪਿੰਡਾਂ ਦੀ ਹਾਲਤ ਆਸ ਹੈਗੀ ਹੈ ਵਾਪਸ ਲਈ ਅਤੇ ਆ ਸਕਦੀ ਬਿਲਕੁਲ ਬਿਲਕੁਲ ਆਸ ਹੈਗੀ ਕਿਰਨ ਜਾਗੀ ਹੈ ਤਾਂ ਹੀ ਸਰਬਸੰਮਤੀਆਂ ਹੋ ਰਹੀਆਂ ਨੇ ਅਤੇ ਲੋਕ ਤੁਰ ਰਹੇ ਨੇ ਅਤੇ ਚੰਗੇ ਪਾਸੇ ਨੂੰ ਗੱਲ ਕਰ ਰਿਹਾ ਜਿਹੜੇ ਖੋਲੇ ਬਣੇ ਨੇ ਇਹਦੀ ਇੱਕ ਵੱਡੀ ਇਗਜ਼ਾਮਪਲ ਮੈਂ ਹੋਰ ਦੇ ਦਾਂ ਪਿਛਲੇ ਇੱਕ ਸਾਲ 'ਚ 1,44,000 ਬੱਚਾ ਸਾਡੇ ਇੱਥੋਂ ਬਾਹਰ ਚਲੇ ਗਿਆ ਸਾਡੀ ਕਿਹੜੀ ਸਿਆਸੀ ਪਾਰਟੀ ਨੇ ਸੋਚਿਆ ਕਿ ਐਡਾ ਵੱਡਾ ਅਸੀਂ ਉਜਾੜਾ ਕਰਦੇ ਇਹਨਾਂ ਨੇ ਬ੍ਰੇਨ ਡਰੇਨ ਵੀ ਹੈ ਕੈਪੀਟਲ ਡਰੇਨ ਵੀ ਹੈ ਅਤੇ ਦੋਨਾਂ ਦਾ ਸਾਡਾ ਅਸੀਂ ਘਾਟਾ ਕਿਵੇਂ ਪੂਰਾ ਕਰਾਂਗੇ ਠੀਕ ਹੈ ਇੱਕ ਛੋਟਾ ਜਿਹਾ ਵਕਫਾ ਲੈਣੇ ਵਕਫੇ ਤੋਂ ਵਾਪਸ ਆਵਾਂਗੇ ਸਾਡੀ ਇੱਕ ਪੀੜ੍ਹੀ ਦਹਿਸ਼ਤਗਰਦੀ ਨੇ ਮਾਰ ਦਿੱਤੀ ਹੈ ਸਾਡੀ ਇੱਕ ਪੀੜ੍ਹੀ ਹੈ ਜਿਹੜੀ ਉਹ ਨਸ਼ੇ 'ਚ ਗਲਤਾਨ ਹੋ ਗਈ ਹੈ ਸਾਡੀ ਇੱਕ ਪੀੜ੍ਹੀ ਹੈ ਜਿਹੜੀ ਬਾਹਰ ਜਾ ਰਹੀ ਹੈਗੀ ਹੈ ਰਾਜ ਕਿੰਤੇ ਕਰੋਗੇ ਸਿਆਸਤਦਾਨੋਂ ਸਵਾਲ ਇਹ ਤੁਹਾਡੇ ਤੋਂ ਅਸੀਂ ਪੁੱਛ ਰਹੇ ਹਾਂ ਜੇ ਪਾਠੋ ਤੜ ਪਾਈ ਰੱਖੋਗੇ ਤਾਂ ਸਾਰਾ ਪਿੰਡ ਖਾਲੀ ਹੋ ਜੂਗਾ ਪੰਜਾਬ ਖਾਲੀ ਹੋ ਜੂਗਾ ਤੁਸੀਂ ਇੱਦਾਂ ਹੀ ਕਰਦੇ ਰਹੇ ਕਿਉਂਕਿ ਜੇ ਸਰਬਸੰਮਤੀ ਟੁੱਟਦੀ ਰਹੀ ਜਿਹੜੀ ਭਾਈਚਾਰਕ ਸਾਂਝ ਸਾਡੇ ਖੂਨ ਦੇ ਵਿੱਚ ਹੈਗੀ ਆ ਪੰਜਾਬੀਆਂ ਦੇ ਵਿੱਚ ਹੈਗੀ ਆ ਉਸ ਭਾਈਚਾਰਕ ਸਾਂਝ ਨੂੰ ਜੇ ਤੁਸੀਂ ਤੋੜਦੇ ਰਹੋਗੇ ਤਾਂ ਫਿਰ ਤੁਸੀਂ ਵੀ ਉਹਨਾਂ ਨਾਲੋਂ ਘੱਟ ਨਹੀਂ ਜਿਨ੍ਹਾਂ ਨੇ ਪਾੜੋ ਅਤੇ ਰਾਜ ਕਰੋ ਦੀ ਨੀਤੀ ਹੈ ਜਿਹੜੀ ਇਸ ਮੁਲਕ ਦੇ ਵਿੱਚ ਚਲਾਈ ਸੀ ਬ੍ਰੇਕ ਤੋਂ ਵਾਪਸ ਆ ਰਹੇ ਹਾਂ ਸਵਾਲ ਅਸੀਂ ਇਹ ਪੁੱਛ ਰਹੇ ਹਾਂ ਪੰਜਾਬ ਦੀਆਂ ਪੰਚਾਇਤ ਚੋਣਾਂ ਵਿੱਚ ਸਰਬਸੰਮਤੀ ਨੂੰ ਰੋਕਣ ਲਈ ਸਿਆਸਤ ਨੇ ਹੁਣ ਤੱਕ ਕੀ ਕੀਤਾ ਜਸਤੇ ਸਿੰਘ ਆਮ ਆਦਮੀ ਪਾਰਟੀ ਜਸਤੇ ਸਿੰਘ ਮੈਂ ਸਵਾਲ ਤੁਹਾਡੇ ਤੋਂ ਪੁੱਛਣਾ ਚਾਹੂੰਗਾ ਜਸਤੇ ਸਿੰਘ ਤੁਸੀਂ ਸੱਤਾ ਬਦਲਣ ਆਏ ਸੀਗੇ ਸੱਤਾ ਦੇ ਵਿੱਚ ਬਦਲਾਅ ਹੋਣਾ ਚਾਹੀਦਾ ਤੁਸੀਂ ਕਹਿੰਦੇ ਜਿਹੜੇ ਹਾਕਮਾਂ ਨੇ ਜੋ ਕੁਛ ਹੁਣ ਤਿਕਰ ਕੀਤਾ ਹੈਗਾ ਉਸਨੂੰ ਬਦਲ ਦੀ ਜ਼ਰੂਰਤ ਹੈਗੀ ਹੈ ਤੁਸੀਂ ਖੁੱਲ੍ਹ ਕੇ ਕਿਉਂ ਨਹੀਂ ਮੈਦਾਨ ਦੇ ਵਿੱਚ ਆਉਂਦੇ ਜੇ ਸੱਤਾ ਬਦਲਣੀ ਹੈ ਤਾਂ ਨਹੀਂ ਖੁੱਲ੍ਹ ਕੇ ਮੈਦਾਨ 'ਚ ਜਦੋਂ ਕਾਰਪੋਰੇਸ਼ਨ ਦੀ ਇਲੈਕਸ਼ਨ ਹੋਈ ਹੈ ਜਾਂ ਉਸ ਤੋਂ ਪਹਿਲਾਂ ਕੋਈ ਇਲੈਕਸ਼ਨ ਹੋਈ ਉਸ ਤੋਂ ਬਾਅਦ ਵੀ ਹੋਈ ਹੈ ਪਰਿਸ਼ਦ ਦੀ ਇਲੈਕਸ਼ਨ ਹੋਈ ਹੈ ਉਦੋਂ ਅਸੀਂ ਆਪਣੇ ਸਿੰਬਲ 'ਤੇ ਲੜੇ ਹਾਂ ਅਤੇ ਬਟ ਇਹ ਪੰਚਾਇਤ ਇਲੈਕਸ਼ਨ ਤਾਂ ਬਹੁਤ ਪਹਿਲਾਂ ਤੋਂ ਪਿਛਲੇ ਸਾਲ ਤੋਂ ਇਨਫੈਕਟ ਮਾਨ ਸਾਹਿਬ ਨੇ ਇਨੀਸ਼ੀਏਟਿਵ ਲੈ ਲਿਆ ਸੀਗਾ ਆਲਰੇਡੀ 2017 ਦੇ ਵਿੱਚ ਹੀ ਗੱਲਬਾਤ ਚੱਲ ਪਈ ਸੀਗੀ ਕਿ ਜਿਹੜੀ ਆਹ ਇਲੈਕਸ਼ਨ ਹੈ ਇਹਦੇ ਵਿੱਚ ਸਰਬਸੰਮਤੀ ਹੋਣੀ ਚਾਹੀਦੀ ਕਿਉਂਕਿ ਜਿਹੜੀ ਪੰਚਾਇਤ ਇਲੈਕਸ਼ਨ ਹੈ ਰੋਜ਼ ਤੁਸੀਂ ਦੇਖੋ ਆਪਣੇ ਗੁਆਂਢੀ ਨੂੰ ਮੱਥੇ ਲੱਗਦੇ ਹੋ ਤੁਸੀਂ ਆਪਣੇ ਪਿੰਡ ਦੇ ਲੋਕਾਂ ਨੂੰ ਤੁਸੀਂ ਦੇਖਦੇ ਹੋ ਉਹਨਾਂ ਨਾਲ ਤੁਹਾਡਾ ਵਰਤਾਰਾ ਹੁੰਦਾ ਤੁਸੀਂ ਬਹੁਤ ਇਸ਼ੂਜ਼ ਨਾਲ ਉਹਨਾਂ ਦੇ ਵਿਆਹ ਸ਼ਾਦੀਆਂ ਅਟੈਂਡ ਕਰਦੇ ਹੋ ਪਰ ਜਦੋਂ ਇਹ ਇਹੋ ਜਿਹੀ ਇਲੈਕਸ਼ਨ ਆਉਂਦੀ ਹੈ ਜਿੱਥੇ ਤੁਸੀਂ ਇੱਕੋ ਪਿੰਡ ਦੇ ਵਿੱਚ ਭਰਾ ਨਾਲ ਭਰਾ ਲੜਾ ਦਿੰਦੇ ਹੋ ਠੀਕ ਹੈ ਪਾਰਟੀਬਾਜ਼ੀ ਦੇ ਚੱਕਰ 'ਚ ਉਹ ਸਾਰੀ ਉਮਰ ਲਈ ਤੁਸੀਂ ਦੇਖੋ ਕਿ ਇੱਕ ਪਿੰਡ 'ਚ ਰਹਿਣਾ ਕਿੰਨਾ ਔਖਾ ਹੋ ਜਾਂਦਾ ਉਹ ਦੁਸ਼ਮਣੀਆਂ ਜਿਹੜੀਆਂ ਉਹ ਸਿਰਫ ਇੱਕ ਔਰ ਦੋ ਬੰਦਿਆਂ ਤੱਕ ਨਹੀਂ ਰਹਿੰਦੀਆਂ ਦੁਸ਼ਮਣੀਆਂ ਅੱਗੇ ਤੱਕ ਤੁਰਦੀਆਂ ਐਂਡ ਉਹ ਕਈ ਮਤਲਬ ਉਹਦੇ ਨਾਲ ਪੀੜ੍ਹੀਆਂ ਖਰਾਬ ਹੁੰਦੀਆਂ ਸੋ ਇਹ ਇੱਕ ਇਨੀਸ਼ੀਏਟਿਵ ਲਿਆ ਅਸੀਂ ਕੋਸ਼ਿਸ਼ ਕੀਤੀ ਹੈ ਹਾਲਾਂਕਿ ਮੇਰੇ ਹਿਸਾਬ ਨਾਲ ਇਹ ਇਨੀਸ਼ੀਏਟਿਵ ਸਟੇਟ ਗਵਰਨਮੈਂਟ ਦਾ ਪ੍ਰਾਇਮਰੀ ਬਣਦਾ ਸੀਗਾ ਕਿ ਬਈ ਲੋਕਾਂ ਦੇ ਵਿੱਚ ਪਾਟੋ ਤਾੜ ਜਿਹੜੀ ਹੈ ਉਹਨੂੰ ਰੋਕਣ ਦਾ ਪਰ ਇਹ ਇਨੀਸ਼ੀਏਟਿਵ ਮਾਨ ਸਾਹਿਬ ਨੇ ਲਿਆ ਪ੍ਰੋਫੈਸਰ ਸਾਹਿਬ ਨੇ ਲਿਆ ਜਿਹੜੇ ਦੋਨੋਂ ਐਮ ਪੀ ਨੇ ਉਹਨਾਂ ਨੇ ਆਪਣੇ ਵੱਲੋਂ ਕਿਹਾ ਵੀ 5,00,000 ਰੁਪਇਆ ਦੇਣਗੇ ਉਹ ਦੇਣਾ ਭਾਵੇਂ ਉਹਨਾਂ ਨੇ ਐਮ ਪੀ ਫੰਡ 'ਚੋਂ ਹੀ ਹੈ ਬਟ ਉਹ ਇੱਕ ਚੰਗਾ ਇਨੀਸ਼ੀਏਟਿਵ ਲੈਣ ਦੀ ਕੋਸ਼ਿਸ਼ ਕੀਤੀ ਹੈ ਦੇਖਦੇ ਹਾਂ ਉਹ ਕਿੱਥੇ ਤੱਕ ਲੱਗਦਾ ਹੈ ਸੋਲੂਸ਼ਨ ਹੈ ਸਰਟਨਲੀ ਨਹੀਂ ਸੀ ਇੱਕ ਪ੍ਰੋਬਲਮ ਤਾਂ ਸਿਰਫ ਕਦੀ ਇੱਕ ਸੋਲੂਸ਼ਨ ਨਹੀਂ ਹੁੰਦਾ ਠੀਕ ਹੈ ਨਾ ਕਈ ਕਈ ਇੱਕ ਇੱਕ ਕੋਸ਼ਿਸ਼ ਹੁੰਦੀ ਹੈ ਕੋਸ਼ਿਸ਼ ਹੈ ਇੱਕ ਕੋਸ਼ਿਸ਼ ਹੈ ਕਿ ਵੀ ਹਾਂਜੀ ਇਟ ਇਜ਼ ਸਤਿੰਦਰ ਸਿੰਘ ਇਹ ਕੋਸ਼ਿਸ਼ ਦੇ ਨਾਲ ਤੁਸੀਂ ਸਹਿਮਤ ਹੋ ਨਹੀਂ ਸਰਬਸੰਮਤੀ ਹੋ ਜਾਣੀ ਪੰਚਾਇਤਾਂ ਦੇ ਵਿੱਚ ਕੋਸ਼ਿਸ਼ ਅੱਛੀ ਹੈ ਬਹੁਤ ਅੱਛੀ ਹੈ ਤੁਸੀਂ ਇਸ ਕੋਸ਼ਿਸ਼ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਵੀ ਐਪਰੀਸ਼ੀਏਟ ਕੀਤਾ ਸੀ ਅਸੀਂ ਤੁਹਾਨੂੰ ਯਾਦ ਹੋਏਗਾ ਸਾਡੀ ਸਰਕਾਰ ਵੇਲੇ ਅਸੀਂ ਅਨਾਊਂਸ ਵੀ ਕੀਤਾ ਸੀ ਵੀ ਜਿਹੜੀਆਂ ਪੰਚਾਇਤਾਂ ਸਰਬਸੰਮਤੀ ਨਾਲ ਚੁਣੀਆਂ ਜਾਣਗੀਆਂ ਉਹਨੂੰ ਇੱਕ ਫੰਡ ਦਿੱਤਾ ਜਾਏਗਾ ਨਾਮ ਦੇ ਤੌਰ 'ਤੇ ਤਾਂ ਉਹ ਰੀਜ਼ਨ ਸੀ ਇਸ ਚੀਜ਼ ਨੂੰ ਇਨਕਰੇਜ ਕਰਨ ਦਾ ਲੋਕਾਂ ਦੇ ਵਿੱਚ ਪਰ ਮੈਂ ਇੱਕ ਚੀਜ਼ ਨਾਲ ਸਹਿਮਤ ਨਹੀਂ ਜਿੱਥੇ ਤੁਸੀਂ ਡਿਬੇਟ ਦੇ ਸਟਾਰਟਿੰਗ ਵਿੱਚ ਇਹ ਗੱਲ ਕਹੀ ਵੀ ਸਿਆਸਤਦਾਨ ਜ਼ਿੰਮੇਵਾਰ ਨੇ ਲੜਾ ਕੇ ਰੱਖਦੇ ਆ ਲੋਕਾਂ ਨੂੰ ਆਪਸ ਵਿੱਚ ਕਹਿ ਦੇਣਾ ਲੜਨਾ ਤੁਸੀਂ ਕਰਨਾ ਉਹ ਸਿਆਸਤਦਾਨਾਂ ਦਾ ਕੰਮ ਨਹੀਂ ਸਾਡਾ ਤਾਂ ਕੋਈ ਕੰਮ ਨਹੀਂ ਨਾ ਅਸੀਂ ਇਸ ਸਿਆਸਤ ਕਦੀ ਇਹੋ ਜਿਹੀ ਕੀਤੀ ਅਕਾਲੀ ਦਲ ਨੇ ਨਾ ਹੀ ਇਸ ਰਾਜਨੀਤੀ 'ਚ ਇਹੋ ਜਿਹਾ ਵਿਸ਼ਵਾਸ ਰੱਖਿਆ ਤੁਹਾਡੇ ਸਾਹਮਣੇ ਕਿੱਥੋਂ ਇਗਜ਼ਾਮਪਲ ਆ ਜਾਂਦੇ ਵੀ ਲੋਕਾਂ ਨੂੰ ਲੜਾਉਂਦੇ ਆ ਲੀਡਰ ਜਾ ਕੇ ਮੈਂ ਤਾਂ ਨਹੀਂ ਦੇਖਿਆ ਕੋਈ ਲੀਡਰ ਜਾ ਕੇ ਉੱਥੇ ਕਹੇ ਵੀ ਇਹਨੂੰ ਚੱਕ ਲੈਂਦੇ ਕਰਦੇ ਲੋਕੀ ਆਪੇ ਲੜ ਪੈਂਦੇ ਆ ਲੋਕੀ ਲੜ ਪੈਂਦੇ ਆ ਕਈ ਵਾਰੀ ਬਿਲਕੁਲ ਲੜ ਪੈਂਦੇ ਆ ਪਰ ਜੇ ਲੜ ਪੈਣਾ ਅਕਾਲੀ ਦਲ ਦੇ ਨਾਲ ਲੜਾਈ ਦੇ ਵਿੱਚ ਸਿਆਸਤ ਦਾ ਕੋਈ ਰੋਲ ਨਹੀਂਗਾ ਤੇ ਕਾਂਗਰਸ ਨਾਲ ਸੀ ਇੱਕੋ ਜੀ ਲੀਡਰਾਂ ਨੇ ਉਂਗਲ ਲਾ ਦਿੱਤੀ ਮੈਂ ਨਹੀਂ ਇਸ ਚੀਜ਼ ਨਾਲ ਸਹਿਮਤ ਪੂਰਾ ਨਹੀਂ ਸਹਿਮਤ ਕਿੰਨੇ ਕੁ ਸਹਿਮਤ ਹੋ ਉਹਨਾਂ ਕੋ ਦੱਸ ਦਿਓ ਮੈਂ ਉਹਨਾਂ ਦੀ ਚਰਚਾ ਕਰ ਲੂੰਗਾ ਫਿਰ ਮੈਂ ਤਾਂ ਸਮਝਦਾ ਵੀ ਅੱਧ ਅੱਧ ਸ਼ਾਇਦ ਹੋਏ ਕਿਤੇ 50-50% ਤਾਂ ਹੈਗਾ ਨਾ 50% ਹੀ ਮੰਨਗੇ ਨਾ 50% ਹੋ ਸਕਦਾ ਬਾਲੀ ਸਾਹਿਬ ਤੁਹਾਨੂੰ ਤਾਂ 100% ਜ਼ਿੰਮੇਵਾਰੀ ਲੈਣੀ ਪੈਣੀ ਹੈ ਸਰਕਾਰ ਆ ਤੁਹਾਡੀ ਨਹੀਂ ਦੇਖੋ ਅਗਰ ਕੋਈ ਕਮੀ ਪੇਸ਼ੀ ਰਹਿ ਗਈ ਉਹ 'ਚ ਜ਼ਿੰਮੇਵਾਰੀ ਲੈਣ 'ਚ ਆਪਾਂ ਨੂੰ ਇਤਰਾਜ਼ ਕੀ ਹੈ ਇਸ ਗੱਲ ਦਾ ਹੁਣ ਰਹੀ ਗੱਲ ਕਿ ਪਿੰਡਾਂ ਦੇ ਅੰਦਰ ਪੰਚਾਇਤੀ ਆਪਾਂ ਵਿਧਾਨ ਸਭਾ 'ਚ ਲੈ ਲਈਏ ਅਗਰ ਆਪਾਂ ਮੈਂਬਰ ਪਾਰਲੀਮੈਂਟ ਦੇ ਵਿੱਚ ਲੈ ਲਈਏ ਸਾਰੀ ਜਗ੍ਹਾ 'ਚ ਤਾਂ ਧਾੜੇ ਵੱਜ ਜਾਂਦੇ ਨੇ ਜੇ ਇੱਕ ਅਕਾਲੀ ਦਲ ਨੇ ਅਗਰ ਕਿਸੇ ਨੂੰ ਟਿਕਟ ਦਿੱਤੀ ਤਾਂ ਉਸੀ ਪਿੰਡ ਦੇ ਵਿੱਚ ਕਾਂਗਰਸੀ ਵੀ ਬੈਠਾ ਹੈਗਾ ਉਸ ਪਿੰਡ ਦੇ ਵਿੱਚ ਕਾਂਗਰਸ ਨੂੰ ਵੀ ਟਿਕਦੀ ਹੁਣ ਤੁਸੀਂ ਸਰਬਸੰਮਤੀ ਆਪਸ ਦੇ ਵਿੱਚ ਬੈਠ ਕੇ ਸੈੱਟ ਕਰ ਲੈਣਗੇ ਅਕਾਲੀ ਦਲ ਦਾ ਕੈਂਡੀਡੇਟ ਚਿੱਤਰਾ ਜਾਂ ਕਾਂਗਰਸ ਦਾ ਕੈਂਡੀਡੇਟ ਚਿੱਤਰਾ ਆਪਾਂ ਰਹਿ ਤੇ ਇੱਕ ਪਿੰਡ 'ਚ ਰਹੇ ਹਾਂ ਨਾ 50 ਸਾਲ ਤੋਂ 60 ਸਾਲ ਤੋਂ
ਧੜੇਬੰਦੀਆਂ ਕਿੱਥੇ ਹੋ ਜਾਂਦੀਆਂ ਨੇ? ਧੜੇਬੰਦੀਆਂ ਜਦੋਂ ਆਪਾਂ ਜਮਾਤਾਂ ਦੇ ਨਾਲ ਆਪਸ ਦੇ ਵਿੱਚ ਗੱਲਬਾਤ ਕਰ ਲੈਂਦੇ ਹਾਂ। ਹੁਣ ਤੁਸੀਂ ਐਲੀਗੇਸ਼ਨ ਸਾਰਾ ਹੀ ਪੋਲੀਟੀਸ਼ੀਅਨਸ ਤੇ ਲਾਤਾ, ਪੋਲੀਟੀਸ਼ੀਅਨ ਬਹੁਤ ਮਾੜਾ ਬਦਮਾਸ਼ ਪੋਲੀਟੀਸ਼ੀਅਨ, ਪੋਲੀਟੀਸ਼ੀਅਨ ਬਹੁਤ ਮਾੜਾ ਗੁੰਡਾ ਪੋਲੀਟੀਸ਼ੀਅਨ, ਬਹੁਤ ਮਾੜਾ ਚੋਰ ਠੱਗ ਪੋਲੀਟੀਸ਼ੀਅਨ, ਹਰ ਚੀਜ਼ ਪੋਲੀਟੀਸ਼ੀਅਨ, ਸਾਰੇ ਕੰਮ ਸਾਰਾ ਕਰਾਉਣਾ ਪੋਲੀਟੀਸ਼ੀਅਨ ਤੋਂ, ਦੇਸ਼ ਚਲਵਾਉਣਾ ਪੋਲੀਟੀਸ਼ੀਅਨ ਤੋਂ, ਸਟੇਟ ਚਲਵਾਉਣੀ ਪੋਲੀਟੀਸ਼ੀਅਨ ਤੋਂ, ਸ਼ਹਿਰ ਚਲਵਾਉਣੇ ਡਿਸਟ੍ਰਿਕਟ ਚਲਵਾਉਣੇ ਪੋਲੀਟੀਸ਼ੀਅਨ ਤੋਂ। ਕਿਸੇ ਆਫਿਸ ਅਫਸਰ ਦੇ ਘਰ ਜਾ ਕੇ ਵੇਖੋ, ਹਾਂ ਰਾਤੀ 8 ਵਜੇ ਤੋਂ ਬਾਅਦ ਤੁਹਾਨੂੰ ਨੇੜੇ ਲੱਗਣ ਦਿੰਦਾ ਉਹ, ਉਹ ਤੁਸੀਂ ਘੰਟੀ ਵਜਾਓ ਅੰਦਰ ਹੀ ਮੈਸੇਜ ਆ ਜਾਂਦਾ ਸਾਹਿਬ ਡਿਨਰ ਕਰ ਰਹੇ ਹੈ। ਪੋਲੀਟੀਸ਼ੀਅਨ ਦੇ ਘਰ ਰਾਤੀ 2 ਵਜੇ ਜਾ ਕੇ ਤੁਸੀਂ ਕੁੰਡਾ ਖੜਕਾ ਦਿਓ, ਹਾਂਜੀ ਸਰ ਦੱਸੋ ਸਰ, ਉੱਥੇ ਕੋਈ ਅਕਾਲੀ ਦਲ ਨਹੀਂ ਹੁੰਦਾ, ਉੱਥੇ ਕੋਈ ਬੀਜੇਪੀ ਨਹੀਂ ਹੁੰਦੀ, ਉੱਥੇ ਕੋਈ ਆਮ ਆਦਮੀ ਪਾਰਟੀ ਨਹੀਂ ਹੁੰਦੀ, ਉੱਥੇ ਕੋਈ ਕਾਂਗਰਸ ਨਹੀਂ ਹੁੰਦੀ। ਗੱਲ ਸਰ ਇਹ ਵੀ ਆਪਾਂ ਪੋਲੀਟੀਸ਼ੀਅਨ ਦੇ ਉੱਤੇ ਸਾਰੀਆਂ ਚੀਜ਼ਾਂ ਸੁਣ। ਚਲੋ ਚਲੋ ਮੈਂ ਤੁਹਾਡੇ ਸਵਾਲ ਵੀ ਅੱਗੇ ਵਧਾ ਰਿਹਾ। ਸਤਿੰਦਰ ਸਿੰਘ ਗਿੱਲ ਨੇ ਸ਼੍ਰੋਮਣੀ ਅਕਾਲੀ ਦਲ ਬੁਲਾ ਰਹੇ, ਉਹ ਕਹਿੰਦੇ 50% ਇੱਦਾਂ ਹੁੰਦਾ, ਤੁਸੀਂ ਕਿੰਨੇ ਪਰਸੈਂਟ ਮੰਨਦੇ? ਨਹੀਂ ਮੈਂ ਉਹਨਾਂ ਦੀ ਗੱਲ ਦੇਖੋ, ਉਹਨਾਂ ਦੀ ਆਪਣੀ ਗੱਲ ਹੈ, ਉਹਨਾਂ ਨੇ ਗੱਲ ਕੀ, ਮੈਂ ਤੇ ਤੁਹਾਨੂੰ ਤੁਸੀਂ ਸਾਰੇ ਸਿਆਸਤਦਾਨ ਨੂੰ ਬਚਾ ਰਹੇ ਹੋ ਨਾ, ਕਿਉਂਕਿ ਤੁਸੀਂ ਤਾਂ ਸੇਫਗਾਰਡ ਦੇਤਾ ਕਿ ਭਾਈ ਸਾਰੀ ਸਿਆਸਤ ਨੂੰ ਇੱਕ ਪਾਸੇ ਰੱਖੋ, ਬਾਕੀ ਪਿੰਡ ਵਾਲੇ ਪਾਸੇ ਨੂੰ ਇੱਕ ਪਾਸੇ ਰੱਖੋ। ਮੈਂ ਤਾਂ ਤੁਹਾਨੂੰ ਸਵਾਲ ਕਰ ਰਿਹਾ, ਮੈਂ ਸਰਕਾਰ ਬਿਲਕੁਲ ਵੀ ਇਸ ਗੱਲ ਤੇ ਨਹੀਂ ਆਵਾਂਗਾ, ਮੇਰੇ ਉਹਦਾ ਮੈਂ ਤੁਹਾਨੂੰ ਉਦਾਹਰਨ ਦੇ ਰਿਹਾ। ਮੈਂ ਤੇ ਤੁਹਾਨੂੰ ਕਹਿ ਰਿਹਾ ਕਿ ਧੜੇਬਾਜੀ, ਪਿਆਰ, ਮੁਹੱਬਤ ਜਿੰਨਾ ਪਿੰਡਾਂ 'ਚ ਸ਼ਾਇਦ ਸ਼ਹਿਰਾਂ 'ਚ ਨਹੀਂ ਹੈਗਾ, ਮਗਰ ਜਦੋਂ ਜਮਾਤਾਂ ਅਲੱਗ ਅਲੱਗ ਹੋ ਜਾਂਦੀਆਂ ਨੇ ਨਾ, ਇਹ ਕਾਂਗਰਸ ਪਾਰਟੀ ਦਾ ਵੇ, ਇਹ ਅਕਾਲੀ ਦਲ ਦਾ ਵੇ, ਇਹ ਦੋਨੋਂ ਸਰ ਸਮਿਤੀ ਆਪਸ ਦੇ ਵਿੱਚ ਬੈਠ ਕੇ ਕਰ ਲੈਣ ਵੀ ਕਿਹਨੂੰ ਜਿਤਾਉਣਾ, ਉਹਨਾਂ ਨੇ ਅਕਾਲੀ ਨੂੰ ਸਹਿਣ ਨਹੀਂ ਕਰਨਾ, ਉਹਨਾਂ ਨੇ ਕਾਂਗਰਸ ਡਟ ਪਹਿਲਾਂ ਕਰ ਡਟ ਪਹਿਲਾਂ ਡਟ ਪਹਿਲਾਂ ਠੀਕ ਹੈ ਵੀ ਦੇਖੋ ਸੋਰੀ ਮੈਂ ਜ਼ਿਆਦਾ ਨਹੀਂ ਕਹਿੰਦਾ, ਤੁਸੀਂ ਦੇਖੋ ਪਹਿਲਾਂ ਅਕਾਲੀ ਦਲ ਤੇ ਕਾਂਗਰਸ ਦੇ ਬੰਦੇ ਹੁੰਦੇ, ਹੁਣ ਆਪ ਦੇ ਵੀ ਆ ਗਏ ਪਾਰਟੀ, ਹਲੇ ਤਾਂ ਲੜਾਈ ਹੋ ਰਹੀ ਹੈ 4 ਸਾਲ, ਨਹੀਂ ਮੈਂ 4 ਸਾਲ ਵੀ ਪਾਰਟੀ ਨੂੰ ਆਏ, ਲੋਕ ਆਪਣੀ ਇੱਛਾ ਨਾਲ ਆਉਂਦੇ ਨੇ। ਅੱਛਾ ਅੱਛਾ, ਤਾਂ ਮੈਂ ਕਹਿੰਦਾ ਆਮ ਆਦਮੀ ਪਾਰਟੀ ਲੜਾਈ, ਨਹੀਂ ਆਪਣੀ ਇੱਛਾ ਨਾਲ ਆਉਂਦੇ ਨੇ, ਆਮ ਆਦਮੀ ਪਾਰਟੀ ਦਾ ਲੋਕ ਪਾਰਟੀ ਦੀ ਆਈਡੀਓਲੋਜੀ ਦੇਖ ਕੇ ਆਪਣੀ ਇੱਛਾ ਨਾਲ ਡਟ ਪੈ ਲੱਗਾ, ਸਾਰਾ ਇਲਜ਼ਾਮ ਸਿਆਸਤ ਤੇ ਨਹੀਂ ਲਾ ਸਕਦੇ ਆਪਾਂ। 50% ਸਤਿੰਦਰ ਸਿੰਘ ਗਿੱਲ ਨੇ ਕਹੀ ਹੈ, ਗੁਰੂ ਸਿੰਘ ਬਾਲੀ ਨੇ ਕਿਹਾ ਵੀ ਤੁਸੀਂ ਸਾਰੇ ਸਿਆਸਤਦਾਨ ਨੂੰ ਕਟਹਿਰੇ 'ਚ ਖੜਾ ਕਰਤਾ, ਅਫਸਰਾਂ ਦੀ ਜੇ ਗੱਲ ਕੀਤੀ ਜਾਵੇ ਉਹ ਲੋਕਾਂ ਦੇ ਕੰਮ ਨਹੀਂ ਕਰਦੇ, 8 ਵਜੇ ਤੋਂ ਬਾਅਦ ਦਰਵਾਜ਼ੇ ਬੰਦ ਹੋ ਜਾਂਦੇ, ਅਸੀਂ 24 ਘੰਟੇ ਉਹਨਾਂ ਨੇ ਕਿਹਾ ਵੀ 24 ਘੰਟੇ ਅਸੀਂ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਰਹਿੰਦੇ ਹਾਂ। ਫਿਰ ਲੋਕ ਸੇਵਾ ਵਿੱਚ ਹਾਜ਼ਰ ਰਹਿੰਦੇ, ਫਿਰ ਲੜਾਈ ਕੌਣ ਕਰਵਾਉਂਦਾ? ਜੋ ਝੰਡੀਆਂ ਲੱਗਦੀਆਂ ਘਰਾਂ ਦੇ ਬਾਹਰ ਉਹ ਲੜਾਈ ਕਰਵਾਉਂਦੇ ਆ, ਜਾਂ ਜਿਹੜੇ ਸਿੰਬਲ ਆ ਪਾਰਟੀਆਂ ਦੇ ਉਹ ਲੜਾਈ ਕਰਵਾਉਂਦੇ ਆ, ਕੌਣ ਲੜਾਈ ਕੌਣ ਕਰਵਾਉਂਦਾ? ਪੰਚਾਇਤ ਦੀਆਂ ਚੋਣਾਂ 'ਚ ਟੋਪੀ ਪਾਲੀ ਉਹ ਲੜਾਈ ਕਰਵਾਉਂਦੀ ਹੈ, ਮੇਰੀ ਬੇਨਤੀ ਇਹ ਹੈ ਪੰਚਾਇਤ ਦੀਆਂ ਚੋਣਾਂ ਸਿੰਬਲ ਤੇ ਲੜੀਆਂ ਨਹੀਂ ਜਾ ਸਕਦੀਆਂ, ਕਾਨੂੰਨ ਕੋਈ ਕਾਨੂੰਨ ਨਹੀਂ ਅਲਾਓ ਕਰਦਾ, ਝੰਡੀ ਉਂਝ ਆਪਦੀ ਪਾਰਟੀ ਝੰਡੀਆਂ ਜਿਹੜੀਆਂ ਮਰਜ਼ੀ ਹੁੰਦੀ ਵੀ ਉਸ ਤਰੀਕੇ ਨਾਲ ਉੱਥੇ ਬੂਥ ਵੀ ਨਹੀਂ ਲੱਗ ਸਕਦੇ, ਇਹ ਜ਼ਿਲ੍ਹਾ ਪ੍ਰੀਸ਼ਦ ਬਲਾਕ ਸਮਿਤੀਆਂ ਤੱਕ ਲੱਗ ਸਕਦੇ ਨੇ, ਪੰਚਾਇਤ ਚੋਣੀ ਬਿਲਕੁਲ ਬਿਨਾਂ ਪਾਰਟੀ ਦੇ ਹੈ, ਇੱਕ ਗੱਲ, ਇਹ ਕਾਨੂੰਨ ਹੈ, ਇਹ ਤਾਂ ਕਾਨੂੰਨ ਕਹਿੰਦਾ ਨਾ, ਇਹ ਤਾਂ ਕਾਨੂੰਨ ਦੇ ਮੁਤਾਬਕ ਹੀ, ਫਿਰ ਕਾਨੂੰਨ ਦੇ ਮੁਤਾਬਕ ਮੈਂ ਤਾਂ ਉਸ ਜ਼ਮੀਨ ਦੀ ਗੱਲ ਕਰਦਾ ਜਿਹਦੇ 'ਤੇ ਝੰਡੀਆਂ ਲਾ ਕੇ ਲੜਾਈ ਕਰੀ ਹੈ, ਕੀਤੀ ਜਾ ਰਹੀ ਹੈ, ਮੈਂ ਉਸੇ ਗੱਲ 'ਤੇ ਆ ਰਿਹਾ, ਝੰਡੀਆਂ ਲਾ ਕੇ ਕਿਤੇ ਕੋਈ ਜੇ ਕੋਈ ਕਰ ਰਿਹਾ ਉਹ ਤਾਂ ਈਵਨ ਇਲੈਕਸ਼ਨ ਕਮਿਸ਼ਨਰ ਦਾ ਸੰਗਿਆਨ ਲੈ ਸਕਦੇ, ਕਿਉਂਕਿ ਅਲਾਊਡ ਹੀ ਨਹੀਂ ਹੈ, ਤੁਸੀਂ ਪੋਲੀਟੀਕਲ ਪਾਰਟੀ ਦਾ ਉਹ ਕਰ ਨਹੀਂ ਸਕਦੇ। ਦੂਜੀ ਜਿਹੜੀ ਗੱਲ ਇਹ ਹੈ, ਇਹ ਕਹਿਣਾ ਵੀ ਪੋਲੀਟੀਸ਼ੀਅਨਾਂ ਦਾ ਕਿ ਇਹ ਸਮਝਣਾ ਵੀ ਸਾਰਾ ਕੁਝ ਪੋਲੀਟੀਸ਼ੀਅਨ ਹੀ ਕਰਾ ਰਹੇ ਨੇ, ਇਹ ਐਂ ਨਹੀਂ ਹੈ ਵੀ ਪੋਲੀਟੀਸ਼ੀਅਨ ਇੰਡੀਵਿਜੁਅਲ ਜ਼ਿੰਮੇਵਾਰ ਨੇ। ਸਾਡਾ ਦੇਸ਼ ਚੱਲ ਕਿਵੇਂ ਰਿਹਾ, ਸਾਡਾ ਦੇਸ਼ ਨੂੰ ਪੋਲੀਟਿਕਸ ਚਲਾ ਰਹੀ ਹੈ, ਬਿਊਰੋਕਰੇਸੀ ਨੇ ਉਹਦੇ 'ਚ ਸਿਰਫ ਕੰਮ ਕਰਨਾ ਹੈ, ਉਹ ਜਿਹੜੀ ਪੋਲੀਟਿਕਸ ਚਲਾ ਰਹੀ ਹੈ ਉਹਨਾਂ ਨੇ ਅਸੈਂਬਲੀਆਂ ਉਹਨਾਂ ਨੇ ਹੈਂਡਲ ਕਰਨੀਆਂ ਨੇ, ਸਪੀਕਰ ਸਾਹਿਬ ਵੀ ਪੋਲੀਟੀਸ਼ੀਅਨ ਹੀ ਹੁੰਦੇ ਨੇ ਵਿੱਚੋਂ, ਉਹਦੇ ਵਿੱਚ ਕਿਹੋ ਜਿਹੇ ਫੈਸਲੇ ਲੈ ਜਾਂਦੇ ਨੇ ਬਿਊਰੋਕਰੇਸੀ ਜਿਹੜੀ ਨਹੀਂ, ਹੁਣ ਮੋਗੇ ਦਾ ਡੀਸੀ ਸੀ, ਮੋਗੇ ਦੇ ਡੀਸੀ ਨੂੰ ਇਲੈਕਸ਼ਨ ਕਮਿਸ਼ਨ ਨੂੰ ਕਹਿਣਾ ਪਿਆ, ਠੀਕ ਹੈ, ਵੀਡੀਓ ਸੀ ਮੂਨਕ ਦੇ, ਉਹਨਾਂ ਨੂੰ ਮਤਲਬ ਜਿਹਦੇ ਕੋਲ ਪਾਵਰ ਨਹੀਂ, ਇੱਕ ਦੇਖੋ ਸਾਡੇ ਬਿਊਰੋਕਰੇਸੀ 'ਚ ਵੀ ਉਹਨੂੰ ਪਾਵਰ ਨਹੀਂ ਇਲੈਕਸ਼ਨ ਪੋਸਟ ਪਾਉਣ ਕਰਨ ਦੀ ਜਾਂ ਕੈਂਸਲ ਕਰਨ ਦੀ, ਉਹ ਕਹਿੰਦਾ ਮੈਂ ਕਰਤੀ, ਉਹ ਤਾਂ ਡਿਸਟ੍ਰਿਕਟ ਰਿਟਰਨਿੰਗ ਅਫਸਰ ਵੀ ਨਹੀਂ, ਜਿਹੜਾ ਡੀਸੀ ਹੈ ਉਹ ਰਿਟਰਨਿੰਗ ਅਫਸਰ ਨਹੀਂ ਹੈ ਪੰਚਾਇਤ ਚੋਣਾਂ 'ਚ, ਉਹ ਸਿਰਫ MP ਦੀਆਂ ਚੋਣਾਂ 'ਚ ਹੁੰਦਾ ਰਿਟਰਨਿੰਗ ਅਫਸਰ। ਸੋ ਇਸ ਕਰਕੇ ਸਾਡਾ ਜਿਹੜਾ ਸਾਡੀ ਸਮੱਸਿਆ ਕਿੱਥੇ ਆ ਰਹੀ ਹੈ ਵੀ ਪਿਛਲੇ 71 ਸਾਲ ਤੋਂ ਬੇਸਿਕਲੀ ਰਾਜ ਤਾਂ ਪੋਲੀਟੀਸ਼ੀਅਨ ਕਰ ਰਿਹਾ ਨਾ, ਬਾਕੀ ਤਾਂ ਸਾਰੇ ਉਹਨਾਂ ਦੇ ਥੱਲੇ ਕੰਮ ਚਲਾਉਣ ਵਾਲੇ ਨੇ। ਹੁਣ ਜੇ ਉਹ 71 ਸਾਲ ਤੋਂ ਜਿਵੇਂ ਡਾਕਟਰ ਸਾਹਿਬ ਨੇ ਕਿਹਾ ਹੈ, ਅੱਜ ਤੱਕ ਆਪਾਂ ਦੇਖੀਏ ਵੀ ਅਸੀਂ ਗਏ ਕਿੱਥੇ ਹਾਂ ਸਾਡੇ ਸਾਰੇ ਢਾਂਚੇ, ਇੱਕ ਮੈਂ ਪੁੱਛਦਾ, ਮੇਰਾ ਸਵਾਲ ਹੈ ਵੀ ਜੇ ਮਨਰੇਗਾ ਦੇ ਕਾਰਡਾਂ ਦੇ ਵਿੱਚ ਵੀ ਆਹ ਸਰਪੰਚ ਆ, ਸਰਪੰਚ ਸ਼ਰਿਆਮ ਐਲੀਗੇਸ਼ਨ ਆਉਂਦੇ ਨੇ ਕਿ ਜੀ ਜਿਹਦਾ ਸਰਪੰਚ ਹੁੰਦਾ ਉਹਨੂੰ ਗ੍ਰਾਂਟ ਮਿਲਦੀ ਹੈ ਦੂਜੇ ਨੂੰ ਨਹੀਂ ਮਿਲਦੀ, ਹਾਲਾਂਕਿ ਗ੍ਰਾਂਟ ਸਿੱਧੀ ਟ੍ਰਾਂਸਫਰ ਹੋਣ ਦੇ ਆਰਡਰ ਹੋਏ ਹੋਏ ਨੇ, 70% ਗ੍ਰਾਂਟ ਸਿੱਧੀ ਪੰਚਾਇਤਾਂ ਜਾਣੀ ਹੈ, ਜੇ ਉਹ ਸਰਪੰਚ ਨੂੰ ਗ੍ਰਾਂਟ ਨਹੀਂ ਮਿਲਦੀ ਕਿਤੇ ਨਾ ਕਿਤੇ ਤਾਂ ਕੋਈ ਵਿਤਕਰਾ ਹੈਗਾ, ਇਹ ਵਿਤਕਰਾ ਲੋਕ ਹੋਏ ਆਪੇ ਤਾਂ ਬਣਾ ਨਹੀਂ ਲੈਂਦੇ, ਪਿੰਡ 'ਚ ਜਿਹੜਾ ਮਰਜ਼ੀ ਸਰਪੰਚ ਬਣ ਗਿਆ, ਅਸੀਂ ਪਿੰਡ ਬਚਾਓ ਪੰਜਾਬ ਬਚਾਓ ਵੱਲੋਂ ਆਖਿਆ ਵੀ ਤੁਸੀਂ ਆਪਣੀ ਪਾਰਟੀ ਜਿਹੜੀ ਮਰਜ਼ੀ ਪਾਰਟੀ ਨਾਲ ਰਹੋ, ਜਿਹੜੀ ਮਰਜ਼ੀ ਪਾਰਟੀ ਨੂੰ ਉੱਤੇ ਤੱਕ ਵੋਟ ਪਾਓ, ਪਰ ਉਹਨਾਂ ਨੂੰ ਹੱਥ ਜੋੜ ਕੇ ਕਹੋ ਜੀ ਸਾਡੇ ਪਿੰਡ 'ਚ ਪਾਠ ਕਨਾ ਪਾਓ, ਅਸੀਂ ਆਪਦੇ ਪਿੰਡ 'ਚ
ਕਰਜ਼ਾ ਤਾਂ ਸ਼ਾਇਦ ਉਹਨਾਂ ਸਰਕਾਰ ਕੋਲ ਨਾ ਖਜ਼ਾਨੇ 'ਚ ਉਹਨਾਂ ਪੈਸਾ ਹੋਵੇ ਨਾ ਮਾਫ਼ ਕਰ ਸਕਣ, ਪਰ ਜਿੰਨਾ ਪੈਸਾ ਮਨਰੇਗਾ ਦੇ ਰਾਹੀਂ ਆ ਜਾਣਾ ਸੀ ਉਹ ਆਇਆ ਕਿਉਂ ਨਹੀਂ? ਨਾ ਪਿਛਲੇ 10 ਸਾਲਾਂ ਦੀ ਸਰਕਾਰ 'ਚ ਆਇਆ, ਨਾ ਹੁਣ ਆ 2 ਸਾਲ ਦੀ ਸਰਕਾਰ 'ਚ ਆਇਆ, ਜਿਹੜਾ ਕਿ ਕੇਂਦਰ 'ਚੋਂ ਪੈਸਾ ਆਉਣਾ, ਜਿਹਦੇ ਵਿੱਚ 70-75 ਹਜ਼ਾਰ ਨੂੰ ਵਾਈਟ ਕਲਰ ਜੋਬ ਮਿਲ ਜਾਣਾ, ਜਿਹਦੇ ਵਿੱਚ ਬੜੇ ਆਰਟੀਜ਼ਨਸ ਨੂੰ ਜੋਬ ਮਿਲ ਜਾਂਦਾ, ਡਾਕਟਰ ਸਾਹਿਬ ਨੇ ਬੜੀ ਸਟੱਡੀ ਕਰੀ ਹੋਈ ਹੈ ਵੀ ਕਿਵੇਂ ਜਿਹੜੇ ਪੇਂਡੂ ਕਾਰੀਗਰ ਨੇ ਉਹ ਕਿਵੇਂ ਵਿਹਲੇ ਹੋ ਗਏ ਨੇ, ਇਹ ਜ਼ਿਆਦਾ ਇਹ ਦੱਸਣਗੇ ਕਿ ਉਹ ਜਿਹੜੇ ਕੰਮ ਹੋਣੇ ਸੀ ਜਿੱਥੇ ਪੈਸਾ ਆਉਣਾ ਸੀ, ਜਿੱਥੇ ਲੋਕਾਂ ਨੇ ਉਹਦੇ ਨਾਲ ਟੈਕਸ ਇਕੱਠਾ ਹੋਣਾ ਸੀ, ਕਿਉਂਕਿ ਹਰੇਕ ਨੇ ਉਹ ਸਮਾਨ ਨਾਲ ਸਮਾਨ ਖਰੀਦਣਾ ਸੀ, ਭੁੱਖਮਰੀ ਦੂਰ ਹੋਣੀ ਸੀ, ਬੱਚਿਆਂ ਨੂੰ ਕਿਸੇ ਨੂੰ ਪੜ੍ਹਾਉਣਾ ਸੀ, ਇਲਾਜ ਕਰਾ ਲੈਣਾ ਸੀ, ਉਹ ਕਿਉਂ ਨਹੀਂ ਹੋਇਆ? ਉਹਦੇ 'ਚ ਕੋਈ ਰੋਕ ਹੀ ਨਹੀਂ ਸੀ, ਜੇ ਅਸੀਂ ਇਹ ਕਰਦੇ ਹਾਂ ਤਾਂ ਇਹ ਰੋਕ ਤਾਂ ਹੈ ਨਹੀਂ ਸੀ, ਇਹ ਰੋਕ ਕਿਉਂ ਆ? ਦੂਜੀ ਗੱਲ, ਜਿਹੜੀਆਂ ਗ੍ਰਾਂਟਾਂ ਮੰਨੀਆਂ ਜਾਂਦੀਆਂ ਨੇ, ਗ੍ਰਾਂਟਾਂ ਮੈਨੂੰ ਇਹ ਕੋਈ ਕਾਨੂੰਨ ਦੱਸ ਦੇਣ ਜਿਹੜਾ ਕਾਨੂੰਨ ਇਹ ਕਹਿੰਦਾ ਹੋਵੇ ਹਲਕਾ ਇੰਚਾਰਜ ਨੇ ਜਾ ਕੇ ਚੱਕ ਵੰਡਣਾ, ਕਿਉਂ ਨਾ ਉਹ ਪੈਸਾ ਲੋਕਾਂ ਕੋਲ? ਕੋਈ ਦਾਨੀ ਤਾਂ ਹੈ ਨਹੀਂ, ਐਮਪੀਆਂ ਤੱਕ ਦਾ ਇਹ ਹੋ ਗਿਆ ਵੀ ਜਾ ਕੇ ਜੀ ਦੇਣਾ, ਜਦਕਿ ਪਲੈਨਿੰਗ ਬੋਰਡ ਦੇ ਵਿੱਚ ਫੈਸਲਾ ਹੋ ਜਾਣਾ ਵੀ ਆਹ ਪੈਸਾ ਇੱਥੇ ਜਾਣਾ। ਇਹ ਬਹੁਤ ਵੈਲਿਡ ਐਮਪੀ ਸੋ ਮੈਂ ਤਾਂ ਡਟ ਗਿਆ ਸੀ, ਮੈਂ ਬ੍ਰੇਕ ਲੈਣੀ, ਬ੍ਰੇਕ 'ਤੇ ਜਾਣ ਤੋਂ ਪਹਿਲਾਂ ਤੁਹਾਨੂੰ ਇੱਕ ਸਵਾਲ ਜ਼ਰੂਰ ਕਰਨਾ ਚਾਹੁੰਦਾ, ਜਿਹੜੇ ਕਹਿੰਦੇ ਆ ਕਿ ਤੁਸੀਂ ਜੇ ਇੱਦਾਂ ਕਰ ਲਓਗੇ ਤਾਂ ਪਿੰਡਾਂ ਵਾਸਤੇ ਇੰਨੀ ਗ੍ਰਾਂਟ ਤੁਹਾਨੂੰ ਦੇ ਦਿੱਤੀ ਜਾਵੇਗੀ, ਇੰਨੀ ਰਕਮ ਦੇ ਦਿੱਤੀ ਜਾਵੇਗੀ, ਇੰਨਾ ਇਨਾਮ ਦੇ ਦਿੱਤਾ ਜਾਵੇਗਾ, ਇਹ ਕਿੱਡਾ ਕੁ ਵੱਡਾ ਹੱਲ ਤੁਹਾਨੂੰ ਲੱਗਦਾ? ਕਿਉਂਕਿ ਸਿਆਸਤ ਦਾਵਾ ਕਰਦੀ ਇਹ ਹੱਲ ਹੈਗਾ ਥੋੜ੍ਹਾ ਬਹੁਤ? ਨਹੀਂ ਦੇਖੋ, ਜਿਹੜਾ ਸਰਵਸੰਮਤੀ ਲਈ ਹੈ ਕੋਈ ਇਨਾਮ ਰੱਖਣਾ ਉਹ ਵਧੀਆ ਗੱਲ ਹੈ, ਐਪਰੀਸੀਏਸ਼ਨ ਵਾਲੀ ਗੱਲ ਹੈ, ਬਹੁਤ ਵੱਡਾ ਹੱਲ ਨਹੀਂ ਹੈਗਾ। ਪਰ ਜਿਹੜੀ ਉਹ ਗੱਲ ਕਹੇ ਸੀ ਵੀ 71 ਸਾਲਾਂ ਸਾਰੇ ਪੋਲੀਟੀਸ਼ੀਅਨ ਨੂੰ ਗਾਲਾਂ ਕੱਢ ਰਹੇ ਨੇ, ਕੋਈ ਨਹੀਂ ਗਾਲਾਂ ਕੱਢ ਰਿਹਾ, ਪੋਲੀਟੀਸ਼ੀਅਨ ਆਪਦਾ ਹੀ ਚਿੱਠਾ ਚੱਕ ਕੇ ਦੇਖਣ ਉਹਨਾਂ ਨੇ ਕੀਤਾ ਕੀ ਹੈ। ਹਿਊਮਨ ਡਿਵੈਲਪਮੈਂਟ ਇੰਡੈਕਸ, ਅਸੀਂ ਸ਼੍ਰੀਲੰਕਾ ਤੋਂ ਪਿੱਛੇ ਹਾਂ, ਛੋਟਾ ਜਿਹਾ ਦੇਸ਼ ਹੈ, ਅਸੀਂ ਬੰਗਲਾਦੇਸ਼ ਤੋਂ ਪਿੱਛੇ ਹਾਂ, ਅਸੀਂ ਨੇਪਾਲ ਤੋਂ ਪਿੱਛੇ ਹਾਂ। ਸੋਸ਼ਲ ਪ੍ਰੋਗਰੈਸ ਇੰਡੈਕਸ, ਇਨਇਕੁਆਲਿਟੀ ਕਿੰਨੀ ਤੇਜ਼ੀ ਨਾਲ ਵੱਧ ਰਹੀ ਹੈ। ਅਤੇ ਦੂਜੀ ਸਮੱਸਿਆ ਹੈ ਕਿ ਜਿਹੜੀਆਂ ਪੰਚਾਇਤ ਨੂੰ ਸਮੇਂ ਦੀਆਂ ਹੁਕਮਰਾਨ ਪਾਰਟੀਆਂ ਇਹ ਗ੍ਰਾਂਟ ਦਿੰਦੀਆਂ ਨੇ, ਉਹਦੇ ਨਾਲ ਉਹਨਾਂ ਨੂੰ ਆਪਦੇ ਬੰਦਿਆਂ ਨੂੰ ਨਚਾਉਂਦੀਆਂ ਅਤੇ ਸਰਵਸੰਮਤੀ ਹੋਣ ਤੋਂ ਰੋਕਦੀਆਂ ਨੇ। ਜੇ ਉਹ ਨਾ ਹੋਵੇ ਸਭ ਤੋਂ ਵੱਡਾ ਨੁਕਸਾਨ ਹੋਇਆ ਗ੍ਰਾਮ ਸਭਾ ਦਾ ਗਲ ਘੁੱਟਦਾ ਬਹੁਤ ਘੱਟ ਹੈ ਕਿ ਜਿੱਥੇ ਜਾਗਰੂਕ ਲੋਕ ਹੈ ਉਹਨਾਂ ਨੇ ਗ੍ਰਾਮ ਸਭਾ ਜਿਉਂਦੀ ਕਰ ਲਈ। ਜਦ ਤੱਕ ਗ੍ਰਾਮ ਸਭਾ ਜਿਉਂਦੀ ਨਹੀਂ ਹੁੰਦੀ, ਜਦ ਤੱਕ ਪੰਚਾਇਤ ਦਾ ਕੰਮ ਅਸੀਂ ਵਧੀਆ ਤਰੀਕੇ ਨਾਲ ਕਰ ਨਹੀਂ ਸਕਦੇ। ਇਸ ਲਈ ਇਹ ਪੋਲੀਟੀਕਲ ਕਤਲ ਹੈ ਸਾਡੇ ਦੇਸ਼ ਦਾ, ਸਾਰੇ ਕਾਸ ਦਾ। ਸਰਮਾਏਦਾਰਾਂ ਲਈ ਪੈਸਾ ਆ ਰਿਹਾ, ਕਾਰਪੋਰੇਸ਼ਨਾਂ ਲਈ ਪੈਸਾ ਆ ਰਿਹਾ, ਕੋਈ ਕਿੰਤੂ ਪਰੰਤੂ ਨਹੀਂ ਹੈਗਾ। ਜਦ ਵਰਕਿੰਗ ਕਲਾਸ ਲਈ ਆਉਣਾ ਜਾਂ ਪਿੰਡਾਂ ਲਈ ਆਉਣਾ ਤਾਂ ਉੱਥੇ ਹਾਹਾਕਾਰ ਮੱਚ ਜਾਂਦੇ, ਸਵਾਲ ਉੱਠਣ ਸ਼ੁਰੂ ਹੋ ਜਾਂਦੇ। ਇੱਕ ਹੋਰ ਛੋਟਾ ਵਕਫਾ ਲੈਣੇ, ਵਕਫੇ ਤੋਂ ਵਾਪਸ ਆਵਾਂਗੇ। ਸਵਾਲ ਬੜਾ ਮਹੱਤਵਪੂਰਨ ਹੈ ਕਿ ਜਿਹੜੀ ਸਾਡਾ ਪੇਂਡੂ ਏਰੀਆ ਹੈਗਾ, ਜਿਹੜਾ ਪਿੰਡਾਂ ਵਾਲਾ ਅਸੀਂ ਭਾਰਤ ਕਹਿੰਦੇ ਹਾਂ, ਪਿੰਡਾਂ ਵਾਲਾ ਪੰਜਾਬ ਕਹਿੰਦੇ ਹੈਗੇ ਹਾਂ, ਉਹ ਸ਼ਾਇਦ ਇਸ ਵੋਟ ਸਿਆਸਤ ਤੋਂ ਥੋੜ੍ਹਾ ਤੰਗ ਆ ਚੁੱਕਿਆ ਹੈਗਾ। ਜਿਹੜੇ 5 ਸੂਬਿਆਂ ਦੇ ਨਤੀਜੇ ਆਏ ਉਹਦੇ ਵਿੱਚ ਥੋੜ੍ਹਾ ਬਹੁਤ ਦੇਖ ਵੀ ਚੁੱਕੀ ਹੈ ਝਲਕ ਇਸ ਦੀ। ਜੇ ਪਿੰਡਾਂ ਨੂੰ ਵੱਖ ਕਰਕੇ ਦੇਖੋਗੇ ਇਹ ਤਸਵੀਰ ਵੱਖਰੀ ਹੁੰਦੀ ਜਾਊਗੀ, ਜੇ ਗ੍ਰਾਮ ਸਭਾ ਦੇ ਅਧਿਕਾਰ ਆ ਤੁਸੀਂ ਨਹੀਂ ਦਿਓਗੇ ਤਾਂ ਇਹ ਤਸਵੀਰ ਹੋਰ ਵੱਖਰੀ ਹੁੰਦੀ ਜਾਊਗੀ। ਜੇ ਪਿੰਡਾਂ ਅਤੇ ਸ਼ਹਿਰਾਂ 'ਚ ਪਾੜਾ ਵਾਧਾ ਕਿਹਾ ਤਾਂ ਇਸ ਪਾੜੇ ਦਾ ਅਸਰ ਆ ਜਿਹੜਾ ਪੂਰੇ ਮੁਲਕ 'ਤੇ ਪਵੇਗਾ ਅਤੇ ਪੂਰੇ ਮੁਲਕ 'ਤੇ ਅਸਰ ਪਵੇਗਾ, ਤਾਂ ਫਿਰ ਸਵਾਲ ਬਹੁਤ ਵੱਡੇ ਬਣ ਜਾਣਗੇ ਕਿ ਪੰਚਾਇਤਾਂ ਲਈ ਪਾਟੋ ਤਾੜ ਕਿਉਂ ਹੈ ਅਤੇ ਇਹਨੂੰ ਰੋਕਣ ਲਈ ਕਿਉਂ ਨਹੀਂ ਕੁਛ ਕਰ ਰਹੀ ਸਿਆਸਤ। ਵੇਖੋ ਫਿਰ ਵਾਪਸ ਆ ਰਹੇ ਸਵਾਲ, ਅਸੀਂ ਇੱਕੋ ਪੁੱਛ ਰਹੇ ਹਾਂ, ਪੰਜਾਬ ਦੀਆਂ ਪੰਚਾਇਤ ਚੋਣਾਂ 'ਚ ਸਰਵਸੰਮਤੀ ਨੂੰ ਰੋਕਣ ਲਈ ਸਿਆਸਤ ਨੇ ਹੁਣ ਤੱਕ ਕੀ ਕੀਤਾ ਹੈਗਾ? ਇਸੇ ਸਿਆਸਤ 'ਤੇ ਹੀ ਸਵਾਲ ਚੁੱਕ ਰਹੇ ਹਾਂ ਅਤੇ ਸਿਆਸਤ ਹਾਲਾਂਕਿ ਕਹਿੰਦੀ ਹੈ ਕਿ ਸਾਰਾ ਰੋਲ ਸਾਡਾ ਨਹੀਂ ਹੈਗਾ, ਅਸੀਂ ਤਾਂ ਕੋਸ਼ਿਸ਼ ਕਰਦੇ ਹਾਂ। ਗੁਰਮੀਤ ਸਿੰਘ ਵਾਲੀ, ਇੱਕ ਜਿਹੜਾ ਰਾਖਵਾਂ ਕਰਨਾ, ਇੱਕ ਦਲਿਤ ਭਾਈਚਾਰਾ ਹੈਗਾ, ਇਹ ਦੋ ਬੜੇ ਮਹੱਤਵਪੂਰਨ ਬਿੰਦੂ ਹੈਗੇ ਆ। ਤੀਜਾ ਹੈਗਾ ਗ੍ਰਾਮ ਸਭਾ, ਇਹ ਤੀਜਾ ਪੁਆਇੰਟ ਹੈਗਾ। ਚੌਥਾ ਹੈਗਾ ਕਿ ਜਿਹੜੇ ਉੱਥੇ ਗੁਰਦੁਆਰੇ ਵੱਖ ਵੱਖ ਬਣੇ ਪਏ ਆ, ਸ਼ਮਸ਼ਾਨ ਘੱਟ ਵੱਖ ਵੱਖ ਬਣੇ ਪਏ ਆ, ਇਹ ਸਾਰੇ ਬਿੰਦੂਆਂ ਨੂੰ ਜੋ ਇੱਕ ਨਜ਼ਰੀਏ ਨਾਲ ਅਸੀਂ ਦੇਖਣਾ ਚਾਹੀਏ ਤਾਂ ਇਸ ਦੇ ਵਿੱਚ ਸਭ ਤੋਂ ਵੱਡਾ ਰੋਲ ਕਿੰਦਾ? ਜੇ ਗ੍ਰਾਮ ਸਭਾ ਦੇ ਇਜਲਾਸ ਨਹੀਂ ਹੋ ਰਹੇ ਇਹਦੇ 'ਚ ਰੋਲ ਕਿੰਦਾ? ਜੇ ਗੁਰਦੁਆਰੇ ਸ਼ਮਸ਼ਾਨ ਘੱਟ ਵੱਖ ਵੱਖ ਰਹੇ ਇਹਦੇ 'ਚ ਰੋਲ ਕਿੰਦਾ? ਫਿਰ ਤੁਸੀਂ ਮੈਨੂੰ ਆਪੇ ਕਲੀਅਰ ਕਰ ਦਿਓਗੇ ਵੀ ਕਿਹੜੀ ਲਾਈਨ 'ਤੇ ਅਸੀਂ ਜਾ ਰਹੇ ਹਾਂ, ਕਿਹੜੀ ਲਾਈਨ 'ਤੇ ਡਿਬੇਟ ਲੈ ਕੇ ਜਾ ਰਹੇ ਹਾਂ। ਅੱਜ ਵੀ ਇਹ ਕਹਾਂਗਾ ਕਿ ਬਹੁਤ ਹੀ ਬੁਰੀ, ਬਹੁਤ ਹੀ ਅੱਛਾ ਤੁਹਾਡਾ ਸਵਾਲ, ਬਹੁਤ ਹੀ ਵਧੀਆ ਸਵਾਲ। ਮੈਂ ਇੰਨੀ ਗੱਲ ਕਹਾਂਗਾ ਕਿ ਜਿਹੜੀ ਆ ਫਿਰਕਾ ਪ੍ਰਸਤੀ ਵਾਲੀ ਗੱਲ ਹੋ ਗਈ ਨਾ ਪਿੰਡਾਂ ਦੇ ਵਿੱਚ, ਜਿਹੜੀ ਹੈ ਜੀ ਬਹੁਤ ਹੀ ਮਾੜੀ ਦੁਰਘਟਨਾ ਹੈ। ਅਸੀਂ ਤਾਂ ਇੰਨੀ ਗੱਲ ਦੁਰਘਟਨਾ ਕਵਾਂਗੇ ਕਿ ਇੱਕ ਪਿੰਡ ਜਿਸ ਵਿੱਚ 1000 ਬੰਦਾ ਰਹਿੰਦਾ ਜਾਂ ਉਹ 'ਚ 2000 ਬੰਦੇ ਰਹਿੰਦੇ ਅਤੇ ਉਹਨਾਂ ਦੇ ਗੁਰਦੁਆਰੇ ਵੀ ਅਲੱਗ ਹੋਣ, ਸ਼ਮਸ਼ਾਨ ਘਾਟਾਂ ਵੀ ਅਲੱਗ ਹੋਣ, ਜਿਹ 'ਚ ਪਤਾ ਹੈ ਦੁਨੀਆ 'ਤੇ ਜਿਹੜਾ ਬੰਦਾ ਗਿਆ ਉਹਨੇ ਵਾਪਸ ਨਹੀਂ ਆਉਣਾ, ਸਿਰਫ ਰਾਖ ਹੀ ਰਹਿ ਜਾਣੀ ਹੈ, ਉਸ ਤੋਂ ਬਾਵਜੂਦ ਵੀ ਅਸੀਂ ਫਿਰਕਾ ਪ੍ਰਸਤੀ? ਇੱਥੇ ਪਿੰਡਾਂ ਨੇ ਆਪ ਹੀ ਸੋਚਣਾ, ਜਿਹੜੇ ਆਪਣੇ ਵੱਡੇ ਬਜ਼ੁਰਗ ਨੇ ਜਾਂ ਵੱਡੇ ਉਮਰ ਵਾਲੇ ਨੇ ਉਹਨਾਂ ਨੇ ਆਪ ਹੀ ਇਹਨਾਂ ਚੀਜ਼ਾਂ ਨੂੰ ਸੋਚਣਾ ਹੈਗਾ ਕਿ ਇਹੋ ਜਿਹੀ ਫਿਰਕਾ ਪ੍ਰਸਤੀ ਕਿਉਂ, ਇਹੋ ਜਿਹੀ ਗੱਲ ਕਿਉਂ ਕਿ ਇੱਕ ਪਿੰਡ 'ਚ ਬਿੰਦਾ ਚਲਾ ਗਿਆ ਅਤੇ ਉਹਦੀ ਜਿਹੜੀ ਹੈ ਦਲਿਤ ਵਾਲਾ ਹੋਵੇ ਜਾਂ ਕੋਈ ਹੋਰ ਹੋਵੇ ਉਹਦੀ ਸ਼ਮਸ਼ਾਨ ਘੱਟ ਕਿਉਂ, ਉਹਦਾ ਗੁਰਦੁਆਰਾ ਇਹ ਜੀ ਦਲਿਤ ਦਾ ਗੁਰਦੁਆਰਾ, ਇਹ ਜੀ ਜੱਟਾਂ ਦਾ ਗੁਰਦੁਆਰਾ, ਇਹ ਜੀ ਇਹ ਫਲਾਣਿਆਂ ਦਾ ਗੁਰਦੁਆਰਾ, ਇਹ ਜੀ ਫਲਾਣ, ਇਹ ਕਿਉਂ? ਮਹਾਰਾਜ ਪਿਤਾ ਪਰਮੇਸ਼ਰ ਤਾਂ ਇੱਕੋ
ਅਸੀਂ ਬਾਰ ਬਾਰ ਇੰਨੀ ਗੱਲ ਕਰਾਂਗੇ, ਹੱਥ ਜੋੜ ਕੇ ਗੱਲ ਕਰਾਂਗੇ, ਤੁਹਾਡਾ ਬੜਾ ਵੈਲਿਡ ਪੁਆਇੰਟ ਹੈ, ਮੈਂ ਤੁਹਾਡੀ ਤਾਰੀਫ ਕਰਾਂਗਾ ਇਹਦੇ ਵਿੱਚ ਕਿ ਤੁਸੀਂ ਇਹ ਪੁਆਇੰਟ ਚੁੱਕਿਆ ਇਸ ਡਿਬੇਟ ਦੇ ਵਿੱਚ, ਕਦੀ ਕਿਸੇ ਨੇ ਇਹੋ ਪੁਆਇੰਟ ਨਹੀਂ ਚੁੱਕੇ ਅੱਜ ਜਿਹੜੀ ਤੁਸੀਂ ਡਿਬੇਟ 'ਚ। ਇਹ ਹਮੇਸ਼ਾ ਪਿੰਡਾਂ ਨੇ ਹੀ ਫੈਸਲਾ ਕਰਨਾ, ਜਿਹੜੇ ਪਿੰਡ ਦੇ ਮੌਤਗਰ ਨੇ, ਜਿਹੜੇ ਵੱਡੇ ਨੇ, ਜਿਹੜੇ ਸਰਪੰਚ ਨੇ ਉੱਥੇ ਦੇ, ਜਾਂ ਜਿਹਨਾਂ ਨੂੰ ਆਪਾਂ ਵੱਡਿਆਂ ਨੂੰ ਨਮਸਕਾਰ ਕਰਦੇ ਹਾਂ ਉਸ ਪਿੰਡ ਦੇ ਵਿੱਚ, ਵੱਡੇ ਬਜ਼ੁਰਗ ਨੇ, ਉਹਨਾਂ ਨੇ ਇਹਨਾਂ ਚੀਜ਼ਾਂ ਦਾ ਫੈਸਲਾ ਕਰਨਾ ਹੈਗਾ। ਪਿੰਡ ਨੂੰ ਇੱਕ ਰੱਖਣਾ ਹੈਗਾ ਵੇ, ਪਾਰਟੀਆਂ ਆਉਂਦੀਆਂ ਰਹਿਣਗੀਆਂ, ਪਾਰਟੀਆਂ ਜਾਂਦੀਆਂ ਰਹਿਣਗੀਆਂ, ਭਾਈਚਾਰਾ ਕਾਇਮ ਰੱਖਣਾ ਪਏਗਾ ਆਪਾਂ ਨੂੰ ਪਿੰਡਾਂ ਦੇ ਵਿੱਚ। ਇਹ ਉਹਨਾਂ 'ਤੇ ਹੀ ਛੱਡ ਦੇਣਾ ਚਾਹੀਦਾ ਹੈਗਾ, ਇਹਦੀ ਸਿਆਸਤਦਾਨ ਦਾ ਕੋਈ ਮਤਲਬ ਨਹੀਂ ਹੈਗਾ। ਨਾ ਕਦੀ ਸਿਆਸਤਦਾਨ ਨੇ ਕਿਹਾ, ਚਾਹੇ ਅਕਾਲੀ ਦਲ ਹੋਵੇ, ਚਾਹੇ ਆਪ ਹੋਵੇ, ਚਾਹੇ ਕਾਂਗਰਸ ਹੋਵੇ, ਜੇ ਪਿੰਡ ਇੱਕ ਹੋਵੇ ਤਾਂ ਝਗੜਾ ਕਿਧਰੇ ਨਹੀਂ ਹੋਣਾ ਚਾਹੀਦਾ। ਬਸ ਸਿੱਧੀ ਜੀ ਗੱਲ। ਸਤਿੰਦਰ ਸਿੰਘ ਗਿੱਲ, ਅਕਸਰ ਜਦੋਂ ਅਸੀਂ ਪਿੰਡਾਂ ਜਾਂਦੇ ਸੀ ਨਾ ਤੇ ਕਈ ਪਿੰਡਾਂ ਦੇ ਬਾਹਰ ਬੋਰਡ ਲੱਗੇ ਹੋਏ, ਭਾਰਤ ਦਾ ਸਭ ਤੋਂ ਵਧੀਆ ਪਿੰਡ, ਹੁਣ ਮੈਨੂੰ ਸੁਣਨ 'ਚ ਨਹੀਂ ਮਿਲਦਾ ਗਾ, ਦੇਖਣ 'ਚ ਨਹੀਂ ਮਿਲਦਾ। ਸਤਿੰਦਰ ਸਿੰਘ ਗਿੱਲ, ਇਹਦੇ 'ਚ ਕਿੰਦਾ ਰੋਲ ਹੈ ਕਿ ਭਾਰਤ ਦਾ ਸਭ ਤੋਂ ਵਧੀਆ ਪਿੰਡ ਵਾਲੇ ਜਿਹੜੇ ਬੋਰਡ ਹੈ ਉਹ ਸਾਡੇ ਉੱਥੇ ਗਾਇਬ ਹੋ ਗਿਆ, ਸਾਈਨ ਬੋਰਡ, ਲੜਾਈਆਂ ਹੋ ਰਹੀਆਂ, ਬੜੀ ਮਾਣ ਵਾਲੀ ਗੱਲ ਹੈ। ਕਦੇ ਇਹਨਾਂ ਪਿੰਡਾਂ ਦੀ ਗੱਲ ਹੁੰਦੀ ਸੀ, ਜ਼ਿਕਰ ਹੁੰਦਾ ਸੀਗਾ, ਬੜੀ ਮਾਣ ਵਾਲੀ ਗੱਲ ਹੈ ਵੀ ਭਾਰਤ ਦਾ ਜੇ ਸਭ ਤੋਂ ਸੋਹਣਾ ਪਿੰਡ ਪੰਜਾਬ 'ਚ ਹੀ ਹੈ, ਬਠਿੰਡੇ 'ਚ ਹੈ, ਅਤੇ ਉਹਦਾ ਵੀ ਜਿਹੜਾ ਸਰਪੰਚ ਹੈ ਯੰਗ ਮੁੰਡਾ, ਸੋ ਯੰਗ ਮੁੰਡੇ ਦੀ ਸੋਚ ਹੈ, ਪਰ ਗੱਲ ਹੈ ਵੀ ਉਹ ਇਕੱਲੇ ਨੇ ਜੇ ਖੂਬਸੂਰਤ ਨਹੀਂ ਕੀਤਾ, ਸਾਰਿਆਂ ਨੇ ਉਹਦਾ ਸਾਥ ਦਿੱਤਾ ਅਤੇ ਉਹ ਖੂਬਸੂਰਤੀ ਉਸ ਪਿੰਡ ਦੀ ਹੋਈ ਹੈ। ਤੁਹਾਡੀ ਸਵਾਲ ਬਹੁਤ ਵਧੀਆ ਸੀ ਤੁਹਾਡਾ, ਬਾਲੀ ਸਾਹਿਬ ਨੇ ਤੁਹਾਡੀ ਸਿਫਤ ਕੀਤੀ ਤਾਂ ਠੀਕ ਬਣਦੀ ਸੀ ਸਿਫਤ ਤੁਹਾਡੀ ਵੀ, ਮਰਨ ਤੋਂ ਬਾਅਦ ਵੀ ਦੋ ਥਾਵਾਂ ਕਿਉਂ ਹੋ ਜਾਣ, ਉਹਦੇ ਵਿੱਚ ਪਿੰਡ ਵਾਲਿਆਂ ਦਾ ਵੀ ਕਸੂਰ ਹੈ, ਅਫਸਰਾਂ ਦਾ ਵੀ ਕਸੂਰ ਹੈ, ਪੋਲੀਟੀਸ਼ੀਅਨਸ ਦਾ ਵੀ ਕਸੂਰ ਹੈ। ਮੈਂ ਸਭ ਤੋਂ ਜ਼ਿਆਦਾ ਜਿਹੜੀਆਂ ਸਾਡੀਆਂ ਧਾਰਮਿਕ ਸੰਸਥਾਵਾਂ ਹੈਗੀਆਂ, ਇਹਨਾਂ ਦਾ ਬਹੁਤ ਵੱਡਾ ਰੋਲ ਹੈਗਾ ਇਸ ਦੇ ਵਿੱਚ, ਉਹਨਾਂ ਨੇ ਜ਼ਿੰਮੇਵਾਰੀ ਨਹੀਂ ਨਿਭਾਈ। ਹਾਂ, ਕਿਤੇ ਨਾ ਕਿਤੇ ਕਮੀ ਹੈਗੀ ਹੈ, ਕਮੀ ਪ੍ਰਚਾਰ 'ਚ ਹੈਗੀ ਹੈ, ਸਿੱਖਿਆ 'ਚ ਕਮੀ ਹੈ, ਬਿਲਕੁਲ ਹੈਗੀ ਹੈ। ਠੀਕ, ਵੀ ਜੇ ਮਾਨਸ ਕੀ ਜਾਤ ਸਭ ਇੱਕ ਪਹਿਚਾਣ ਇੱਕੋ ਹੀ ਆ ਸਭ ਕੁਛ, ਅਤੇ ਫਿਰ ਉਹਦੇ ਵਿੱਚ ਵਿਤਕਰੇ ਮਰਨ 'ਤੇ ਵੀ ਵਿਤਕਰੇ ਹੋ ਰਹੇ ਆ ਜੀ, ਫਿਰ ਤਾਂ ਕਸੂਰ ਤਾਂ ਹੈ ਹੀ ਹੈ। ਜਸਦੇਵ ਸਿੰਘ, ਕਿਤੇ ਇਉਂ ਤਾਂ ਨਹੀਂ ਵੀ ਇੱਕ ਪਹਿਲਾਂ ਵਾਰ ਵਾਰ ਇਹ ਗੱਲ ਕਹੀ ਜਾਂਦੀ ਹੈ, ਮੰਤਰੀ ਸਾਹਿਬਾਨ ਸਾਡੇ ਕਹਿੰਦੇ ਹੈਗੇ ਆ ਕਿ ਤੁਸੀਂ ਵਾਰ ਵਾਰ ਰੋਲਾ ਪਾਉਂਦੇ ਹੋ ਕਿ ਪੜ੍ਹੀਆਂ ਲਿਖੀਆਂ ਪੰਚਾਇਤਾਂ ਹੀ ਸਾਰੀਆਂ ਸਮੱਸਿਆ ਦਾ ਹੱਲ ਹੈਗਾ, ਤੁਸੀਂ ਇਸ ਨੂੰ ਇਸ ਤਰੀਕੇ ਨਾਲ ਦੇਖਦੇ ਹੋ, ਪੜ੍ਹੀ ਲਿਖੀ ਪੰਚਾਇਤ ਹੋਊਗੀ ਤਾਂ ਸਾਰੀਆਂ ਸਮੱਸਿਆਵਾਂ ਦਾ ਹੱਲ ਹੋ ਜਾਊਗਾ? ਨਹੀਂ, ਸਰਟਨਲੀ ਐਜੂਕੇਸ਼ਨ ਤਾਂ ਬਹੁਤ ਜ਼ਰੂਰੀ ਹੈ, ਪਰ ਲਿਟਰੇਸੀ ਅਤੇ ਐਜੂਕੇਸ਼ਨ 'ਚ ਫਰਕ ਹੈ। ਇੱਕ 10ਵੀਂ ਪਾਸ ਇਨਸਾਨ ਜੋ ਹੈ ਉਹ ਇੱਕ ਇੰਜੀਨੀਅਰ ਨਾਲੋਂ ਜ਼ਿਆਦਾ ਐਜੂਕੇਟਿਡ ਹੋ ਸਕਦਾ, ਇੰਜੀਨੀਅਰ ਕੋਲ ਲਿਟਰੇਸੀ ਹੈ, ਠੀਕ ਹੈ ਨਾ। ਐਜੂਕੇਸ਼ਨ ਹੈ ਆਪਣੇ ਹੱਕ ਬਾਰੇ ਪਤਾ ਹੋਣਾ, ਆਪਣੇ ਹਕੂਕ ਬਾਰੇ ਪਤਾ ਹੋਣਾ, ਸਿਰਫ ਪਤਾ ਹੀ ਨਾ ਹੋਣਾ, ਉਹਦੇ ਵਾਸਤੇ ਲੜਨਾ, ਠੀਕ ਹੈ ਨਾ। ਬੰਦੇ ਨੂੰ ਜੁਝਾਰੂ ਸਿਰਫ ਇਹ ਨਹੀਂ ਕਿ ਵੀ ਹਾਂਜੀ ਕਲੇਸ਼ ਪਾ ਕੇ ਹੀ ਹੋ ਜਾਂਦਾ, ਇਹ ਹੈ ਕਿ ਵੀ ਹਾਂ ਉਹਦੇ ਵਾਸਤੇ ਕਿਸ ਹੱਦ ਤੱਕ ਉਹ ਲੜਨ ਨੂੰ ਤਿਆਰ ਹੈ ਅਤੇ ਆਪਣੇ ਹੱਕਾਂ ਵਾਸਤੇ। ਅਤੇ ਬਾਕੀ ਡਿਗਰੀ ਕੋਈ ਮਾਇਨੇ ਰੱਖਦੀ ਨਹੀਂ, ਮਾਇਨੇ ਰੱਖਦੀ ਹੈ ਸਰਟਨਲੀ, ਬਟ ਮੈਂ ਉਹੀ ਕਹਿੰਦਾ ਕਿ ਦੇਰ ਇਜ਼ ਅ ਡਿਫਰੈਂਸ ਇਨ ਐਜੂਕੇਸ਼ਨ ਐਂਡ ਲਿਟਰੇਸੀ। ਡਿਗਰੀ ਮਾਇਨੇ ਰੱਖਦੀ, 110% ਕਰਦੀ ਹੈ, ਕਿਉਂਕਿ ਦੇਖੋ ਅਸੀਂ ਇੱਕ ਪ੍ਰਜ਼ੰਪਸ਼ਨ ਹੁੰਦੀ ਹੈ ਕਿ ਜਦ ਤੁਸੀਂ ਦੇਖੋ ਆਪਾਂ ਸਾਨੂੰ 5ਵੀਂ ਤੋਂ ਲੈ ਕੇ 8ਵੀਂ 9ਵੀਂ ਤੱਕ ਕਿਤਾਬਾਂ ਲੱਗਦੀਆਂ, ਡਾਕਟਰ ਸਾਹਿਬ ਨੂੰ ਗਰਗ ਸਾਹਿਬ ਨੂੰ ਪਤਾ ਹੋਏਗਾ, ਠੀਕ ਹੈ ਨਾ, ਉਹ ਮੇਰੀ ਗੱਲ ਦੀ ਪੁਸ਼ਟੀ ਵੀ ਕਰ ਦੇਣਗੇ ਕਿ ਫੰਡਾਮੈਂਟਲ ਰਾਈਟਸ ਜਿਹੜੇ ਨੇ ਨਾ ਅਤੇ ਡਿਊਟੀਜ਼, ਇਹ ਅਸੀਂ ਲਾਅ 'ਚ ਤਾਂ ਬਹੁਤ ਬਾਅਦ 'ਚ ਪੜ੍ਹਦੇ ਹਾਂ, ਨਿੱਕੇ ਨਿੱਕੇ ਬੱਚੇ 'ਚ ਪੜ੍ਹਾਉਣਾ ਸ਼ੁਰੂ ਕਰ ਦਿੰਦੇ ਆ ਕਿ ਤੁਹਾਡੇ ਹੱਕ ਅਤੇ ਹਕੂਕ ਕੀ ਨੇ। ਉਹ ਜੇ ਤੁਹਾਡੇ ਕੋਲ ਕਿਤਾਬਾਂ ਨਹੀਂ ਹੋਣਗੀਆਂ, ਤੁਹਾਡੇ ਕੋਲ ਵਿੱਦਿਆ ਗਿਆਨ ਨਹੀਂ ਹੋਏਗਾ, ਅਤੇ ਤੁਹਾਨੂੰ ਐਜੂਕੇਸ਼ਨ ਵੀ ਮਿਲਣੀ ਥੋੜ੍ਹੀ ਹੋਣੀ ਜ਼ਰੂਰੀ ਹੈ। ਨਹੀਂ, ਸਿਵਿਕ ਸੈਂਸ ਇਜ਼ ਸਮਥਿੰਗ ਐਲਸ। ਨਹੀਂ ਨਹੀਂ, ਮੈਂ ਇਹ ਕਹਿ ਰਿਹਾ ਕਿ ਕਿਤਾਬਾਂ ਜਿਹੜਾ ਬੰਦਾ ਪੜ੍ਹਦਾ, ਅਸੀਂ ਇਹ ਗੱਲ ਮੰਨ ਕੇ ਚੱਲਦੇ ਕਿ ਉਹਨੂੰ ਐਜੂਕੇਸ਼ਨ ਜਿਹੜੀ ਹੈ ਉਹਦੇ ਉਹਨੂੰ ਮੁਹੱਈਆ ਕਰਾਉਣ ਦੇ ਜਿਹੜੇ ਜ਼ਰੀਏ ਨੇ ਉਹ ਕਿਤਾਬਾਂ ਰਾਹੀਂ ਜ਼ਿਆਦਾ ਸਟਰੋਂਗ ਨੇ। ਯੈਸ, ਠੀਕ ਹੈ ਡਾਕਟਰ ਪਹਿਲਾਂ ਕਰ, ਜਿਹੜੀ ਗੱਲ ਜਸਤੇਜ ਹੋਰਾਂ ਨੇ ਕਹੀ ਹੈਗੀ, ਮੈਂ ਇਸ ਗੱਲ ਨੂੰ ਥੋੜ੍ਹਾ ਅੱਗੇ ਵਧਾਉਣਾ ਚਾਹੂੰਗਾ। ਜੇ ਦਲਿਤਾਂ ਦੇ ਹੱਕ ਮਾਰੇ ਜਾ ਰਹੇ ਆ, ਜੇ ਅਸੀਂ ਔਰਤਾਂ ਦੇ ਰਾਖਵਾਂਕਰਨ ਦੀ ਗੱਲ ਕਰਦੇ ਹੈਗੇ ਹਾਂ, ਔਰਤਾਂ ਦੇ ਪਤੀ ਸਰਪੰਚ ਬਣੇ ਹੋਏ ਆ, ਕੰਮ ਉਹੀ ਕਰਦੇ ਹੈਗੇ ਆ, ਜਾਂ ਉਹਨਾਂ ਦੇ ਸਿਆਸੀ ਵਿਅੰਗ ਕਰਦੇ ਹੈਗੇ ਆ, ਮੇਰਾ ਸਵਾਲ ਹੈਗਾ ਕਿ ਪੜ੍ਹਾਈ ਲਿਖਾਈ ਸਾਰੇ ਸਮੱਸਿਆ ਦਾ ਹੱਲ ਹੈਗਾ ਜਿਹੜੇ ਪਿੰਡਾਂ ਵਿੱਚ ਕਲੇਸ਼ ਪਾਏ ਜਾ ਰਹੇ ਆ, ਚਾਹੇ ਉਹ ਕਲੇਸ਼ ਕੋਈ ਵੀ ਪਾ ਰਹੇ? ਨਹੀਂ, ਪਹਿਲਾਂ ਤਾਂ ਮੈਂ ਇਸ ਗੱਲ ਦੇ ਉੱਤੇ ਆਵਾਂਗਾ ਵੀ ਕਲੇਸ਼ ਦਾ ਜਿਹੜਾ, ਮੈਂ ਫਿਰ ਇੱਕ ਗੱਲ 'ਤੇ, ਜਿਵੇਂ ਤੁਸੀਂ ਔਰਤਾਂ ਦੀ ਸਮੱਸਿਆ, ਬਹੁਤ ਸੋਹਣਾ ਸਵਾਲ ਹੈ ਇਹ। 50% ਰਾਖਵਾਂਕਰਨ 2017 'ਚ ਨੋਟੀਫਾਈ ਹੋ ਗਿਆ, ਇਹ ਸਰਕਾਰ ਨੇ ਕਰਤਾ ਔਰਤਾਂ ਵਾਸਤੇ, ਪਰ ਔਰਤਾਂ ਵਾਸਤੇ ਕਿਹੜੇ ਪਿੰਡ 'ਚ ਔਰਤ ਜਿਹੜੀ ਰਿਜ਼ਰਵ ਹੋਏਗੀ ਸੀਟ, ਕਿਹੜਾ ਵਾਰਡ ਰਿਜ਼ਰਵ ਹੋਏਗਾ, ਉਹ 1.5 ਸਾਲ 'ਚ ਹੁਣ ਤੱਕ ਆ, 6 ਮਹੀਨੇ ਚੋਣਾਂ ਲੇਟ ਹੋਣ ਦਾ ਵੱਡਾ ਕਾਰਨ ਇਹ ਹੋਇਆ। ਕਾਂਸਟੀਟਿਊਸ਼ਨ ਇਹ ਕਹਿੰਦਾ ਕਿ ਚੋਣਾਂ ਪੰਚਾਇਤ ਦੀ ਜਿਹੜੀ ਟਰਮ ਹੈ ਉਹ ਪੂਰੀ ਹੋਣ ਤੋਂ ਪਹਿਲਾਂ ਹੋਣੀਆਂ ਚਾਹੀਦੀਆਂ। ਬਿਲਕੁਲ ਠੀਕ ਹੈ, ਇਹਨਾਂ ਨੇ ਵੀ ਸਵਾਲ ਚੁੱਕਿਆ, ਸੰਵਿਧਾਨ ਦੇ ਵਿੱਚ ਇਹ ਲਿਖਿਆ ਹੋਇਆ, ਸੰਵਿਧਾਨ 'ਚ ਲਿਖਿਆ ਹੋਇਆ, ਅਸੀਂ ਉਹਦੇ 'ਚ ਆਪਦੇ ਕਾਨੂੰਨ 'ਚ ਬਣਾ ਲਿਆ, ਸੰਵਿਧਾਨ 'ਚ ਵੀ ਲਿਖਿਆ ਵੀ ਜੇ ਕੋਈ ਪੰਚਾਇਤ ਭੰਗ ਹੋ ਜਾਵੇ ਤਾਂ ਭੰਗ ਹੋਣ ਤੋਂ 6 ਮਹੀਨੇ ਵਿੱਚ ਚੋਣ ਕਰਾਉਣੀ ਆ, ਪਰ ਉਹ ਉਨੇ ਸਮੇਂ ਵਾਸਤੇ ਹੋਏਗੀ
जिन्ने समय वास्ते वो पहली जी टर्म रहिंदी है ठीक है हुणे ना तो यह जिहड़ियां भंग हुई ना तो किसी की टर्म रहिंदी सी उस तरह की ना यह उन्ने समय छे महीने का हुण यह क्यों लग्या टाइम क्योंकि असं वे कितने असी तो कहने पोलीटिकल दखलंदाजी जी फिर तो ब्यूरोक्रेसी कर दें भी जिथे पहले हुई ने रिजर्व उसके विच लिखा जिहड़ा कानून सरकार ने इस सरकार ने आप बनाया उस लिखा जिथे पहला रिजर्व ने औरतों वास्ते जां दलितों वास्ते उन्हूं पहला रिजर्व नहीं करना पहला जिहड़ियां रिजर्व नहीं हुई उन्होंने रिजर्व करना जे फिर भी गिनती वध जाए फिर दूजे पासे वारी आनी है ये तो बड़ा सौखा फार्मूला सी ये तो कोई औखा नहीं सी भी डेढ़ साल च ये क्यों ये होया हस्ताकला पिंड है फाजिलका जिले के उसे दो पंचायतें बना दी एक पंचायतों की गिनती वधी है पंचायत दो एक पिंड पार के दो पंचायत बनाने वास्ते उतों का कोई बंदा उन्होंने अगला तो होगा ना पंचायत कोई बंदा सर पिंड का जिन्ना मर्जी जोर वाले पिंड पिंड का बंदा पंचायत दो नहीं बनवा सकता वो पूरी बैकिंग उत्ते तक भी ठीक है गर्ग साहब जो जी गल कह रहे हो ना गर्ग साहब जी गल कह रहे हो जे हम जो हम मौजूदा विधायक है कि वह आपदी पार्टियों इस गल करके औखे हुए पे दखलंदाजी बहुत ज्यादा हैगी है जे वो दखलंदाजी कर देन मैं कहना मैं ये नहीं कहना भी सारे पॉलिटिशियन माड़े ने साडा देश ही पॉलिटिक्स नाल चलना ब्यूरोक्रेसी ने देश नूं नहीं चलाना और दूजी गल असीं प्रेजिडेंट रूल भी देख लेने जद ब्यूरो जे पॉलिटिशियन नहीं होंदे मैं तकीद करदा माफ करदा मैं रोक ही रहा तुहानूं मैं तकीद करदा तुहानूं तुसीं कहा ना पिंड बचाओ पंजाब बचाओ नाल तुसीं इह कहो सियासत बचाओ बचाना जरूरी है बल्कि उल्ट गल है मैं तो सच्ची मुची दुखी हूं जो सियासत हिंदुस्तान का सैना हो ता ही मुल्क बसेगा जिहड़ी साडी लोड़ कित्थे पैगी किसानां ने 100-200 जथेबंदियां ने इकट्ठे होकर जोर ला लिया कि जी तुसीं पार्लीमेंट का 3 हफ्ते का सैशन साडे वास्ते कर लो साडी समस्या सुन लो असी साडे कोले समस्या कित्थे आके खड़ गई असी समझदे आ विधानसभा पार्लीमेंट च सिर्फ कानून पास करने ने जां सवाल करने ने ते जां जिहड़ियां उन्हां कमेटियां ने PAC कमेटियां ये उह कमेटियां ने काम करना असी ये भुल गए कि संविधान के जिहड़े फंडामेंटल राइट जो जस्ते जी ने गल करी जिहड़े साडे डायरेक्टिव प्रिंसीपल ने उन्हां उत्ते नीतियां बनाउणियां ने उह नीतियां किवें बन जां कोई वड्डी समस्या आ गई मैनूं इक सवाल दे विच समेटना चाहुंदा जिहड़ी गल तुसीं कह रहे हो असी चर्चा ही नहीं करना चाहुंदे हाँ बिल्कुल नहीं करनी चाहते इस करके नहीं तो इसकी बयान आया मैं तो एक एग्जाम्पल देना इसकी पंचायत से मलूका साहब मेरे नाल GTV से सके मैं उन्होंने बेनती करी पंचायत मंत्री से मेरी चंगी बनती है सारे नाल ही बनती है मेरा कोई लड़ाई नहीं किसी नाल मैं कहा जी तुम ना ग्राम सभा करानी शुरू कर दो ग्राम सभावां होईयां नहीं कानून कहना कि जे जून तो दसंबर के ग्राम सभा ना हो तो सरपंच आपे सस्पेंड हो जाना मैं पहली सरकार या ये सरकार इन्हू भी 2 साल हो गए ये 10 दिन भी 13,000 चो किन्ने सरपंच विभाग चला कहें औरतों को किन्ना अवेयर किया 2016-17 लई माझा दुआबा मालवा ये चो असी एक सर्वे किया 1017 मजदूर औरत परिवारों का उस चो 99% अपने चीफ मिनिस्टर का नाँ नहीं पता 89% 92% देश के प्रधानमंत्री का नाँ नहीं पता 99.2% देश के राष्ट्रपति का नाँ नहीं पता सानू पॉलिटिशियन ने की दिता पिछले 71 सालों की एजुकेट किया है ना जी जी गल तुसीं इत्थे कहिंदे सारे सस्पेंड करना पऊगा ये गल बिल्कुल गलत है मैं पंजाब तो आना जब मैं पटियाले आना तो अपने आप मैं ट्रैफिक लई कॉशियस हो जाना जे एक दो चार सस्पेंड होंदे ने उहदे नाल 400-4000 अपने आप ठीक हो जाते हैं ठीक हो जाते जे असी चंडीगढ़ की ट्रैफिक रेगुलेट कर ली तो असी पंजाब की मतलब जी बिगड़ी हुई ताणी उन्होंने क्यों नहीं कर सकते है पर साडे पॉलिटिशियन जरूर चाहिए कि साडे लोगों को इन्ना क अवेयर कर देन इन्नी क एजुकेशन दे देन ਉਹ ਲੱਖਾਂ ਦੇ ਗਿਣਤੀ 'ਚ ਬਾਹਰ ਨਾ ਭੱਜਣ ਘੱਟੋ ਘੱਟ ਚੀਫ ਮਿਨਿਸਟਰ ਦਾ ਨਾਂ ਦਾ ਪਤਾ ਹੋਵੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਨਾਂ ਹੈਗਾ ਜੀ ਹਿੰਦੁਸਤਾਨ 'ਚ ਇੰਪਲੀਮੈਂਟੇਸ਼ਨ ਹੈ ਨਹੀਂ ਹਾਂਜੀ ਦੁੱਖ ਦਾ ਜਿਹੜੀ ਗੱਲ ਆ ਆਪਣੇ ਸਾਰਿਆਂ ਦੀ ਇੰਪਲੀਮੈਂਟੇਸ਼ਨ ਹੈ ਨਹੀਂ ਕਾਨੂੰਨ ਦਾ 84 ਦੀ ਗੱਲ ਹੈ ਤੇ ਮੈਂ SMO ਸੀ ਉੱਥੇ ਮੈਨੂੰ ਇੱਕ ਬੰਦੇ ਨੇ ਆ ਕੇ ਆਖਿਆ ਜੀ ਆ ਫਲਾਣੇ ਬੰਦੇ ਨੇ ਪੈਸੇ ਲਏ ਨੇ ਮੈਂ ਇਹ ਕਹਿ ਬੈਠਿਆ ਉਹ ਤਾਂ ਮੇਰੀ ਆਦਤ ਨਹੀਂ ਪਰ ਮੈਂ ਕਿਹਾ ਜੀ ਹੁਣ ਕਿਹਦੇ ਗੋਲੀ ਮਾਰੀਏ ਸਾਰੀ ਉਹ ਮੈਨੂੰ ਕਹਿੰਦਾ ਜੀ ਜਨਾਬ ਤੁਸੀਂ ਪੜ੍ਹੇ ਲਿਖੇ ਹੋ ਅਸੀਂ ਤਾਂ ਅਨਪੜ੍ਹ ਕਿਸਾਨ ਆ ਮੇਰੀ ਗੱਲ ਸੁਣ ਲਓ ਮੈਂ ਕਿਹਾ ਸੁਣਾਓ ਕਹਿੰਦਾ ਸਾਡੀ ਫਸਲ ਕੌਣ ਖਾਂਦੇ ਨੇ ਅਸੀਂ ਕਿਤੇ ਸਾਰੇ ਕੌਮ ਮਾਰ ਦਿੰਦੇ ਹਾਂ
मैनू फट समझ आ गई भी यदा मतलब भी एक डरना बना के क्ढना जरूरी है जो डॉक्टर साहब ने कहा। सो जब तुम कानून लागू करना जेडे चार सरपंची सस्पेंड हो जाए, बल्कि मैं कहाँगा रूलिंग पार्टी पहला यह कह देना चाहिए भी भाई अपन ग्राम सभावान करो, जेड़ा ग्राम सभा ना कर विरोधियों नाल सरपंच दा बाद च कर लो, पहला आपदे आला कर दे। डरना कौन बनूगा हुण? डरना कौन बनाउणी पए? डरना कौन बनूगा? डरना बनाना पएगा, होर कोई तरीका नहीं। मैं एक सैकंड लई दस दिंदा डरना कौन बनदा है। कनेडा च प्राइम मिनिस्टर बिना बेल्ट दे गड्डी चला रिहा सी, उहनूं फाइन कीता गया, उहने एप्रीशिएट कीता ते फाइन भर के कहा अग्गे नूं मैनूं आके लाऊगी। डरने तां अपने आप नूं पॉलिटिशियन नूं बणाउणे पैणगे, करो शुरू करना। लॉ ते हैगा, इंप्लीमेंटेशन थोड़ा बखवा लैणे। आखिरी हिस्से विच असीं होवांगे संघी ढांचे दी संघी कुट्टण तों किवें बचाईए, क्योंकि इह लोकतंत्र का वह थम हैगा, लोकतंत्र की वह तुरी हैगी जिसनों बचाना लाजमी हैगा। जे ये तुरी ना बची तो फिर यह पट उट चलती रहेगी, फिर असी सिर्फ लड़ाई करते रहेंगे स्टूडियो भी तो बहर भी। अज अं कोशिश कर रहे हैं कि असी संजीदा चर्चा करिए, तो इस चर्चा के तुहाडे लई जरूर कुछ हल निकल के आवे कि असी किवें इकट्ठे हो सकते हैं, चाहे वह सानू स्पीकर इकट्ठे करन, चाहे वह डीसी इकट्ठे करन, चाहे वह पोलीटिशन इकट्ठे करन। इकट्ठे तो होना पवेगा, इकट्ठे होने की कोशिश सानू आप ही करनी पवेगी। ये ना सोचियो कि सब कुछ सियासत कर देगी, सियासत ने सारा कुछ करना होंदा, फिर तुसी असी लड़ते क्यों? ब्रेक तो वापस आ रहे हैं। ਇਹਨਾਂ ਸਵਾਲ ਅਸੀਂ ਇਹ ਪੁੱਛ ਰਹੇ ਹਾਂ, ਪੰਜਾਬ ਦੀਆਂ ਪੰਚਾਇਤ ਚੋਣਾਂ ਸਰਬਸੰਮਤੀ ਨੂੰ ਰੋਕਣ ਲਈ ਸਿਆਸਤ ਨੇ ਹੁਣ ਤੱਕ ਕੀ ਕੀਤਾ, ਸਰਬਸੰਮਤੀ ਨੂੰ ਅੱਗੇ ਵਧਾਉਣ ਲਈ ਕੀ ਕੀਤਾ? ਸਵਾਲ ਇਹ ਪੁੱਛਣ ਚਾਹੀਦਾ ਸੀ, ਪਰ ਅਸੀਂ ਪੁੱਠਾ ਸਵਾਲ ਪੁੱਛ ਰਹੇ ਹਾਂ। ਜਸੇ ਸਿੰਘ, ਮੈਂ ਤੁਹਾਡੇ ਤੋਂ ਸ਼ੁਰੂਆਤ ਕਰੂੰਗਾ ਇਸ ਸੈਗਮੈਂਟ ਦੀ। ਜਸੇ ਸਿੰਘ, ਕੁਛ ਆਸ ਦੀ ਕਿਰਨ ਜਾਪਦੀ ਹੈਗੀ ਆ ਕਿ ਅਸੀਂ ਸਿਆਸਤ ਨੂੰ ਬਦਲ ਸਕਾਂਗੇ? ਨਹੀਂ, ਮੈਂ ਇੱਕ ਸਿਆਸਤਦਾਨ ਨੂੰ ਸਵਾਲ ਕਰ ਰਿਹਾ। ਹਾਂ ਹਾਂ ਬਿਲਕੁਲ, ਦੇਖੋ ਮੈਂ ਤਾਂ ਆਪ ਪਰਸਨਲੀ ਬਹੁਤ ਪ੍ਰੈਗਮੈਟਿਕ ਸੋਚ ਰੱਖਦਾ, ਮਤਲਬ ਮੈਂ ਕਦੇ ਵੀ ਨੈਗੇਟਿਵ ਨਹੀਂ ਹੁੰਦਾ। ਮੈਨੂੰ ਇਹ ਲੱਗਦਾ ਕਿ ਵੀ ਹਾਂ ਆਸ ਦੀ ਆਸ 'ਤੇ ਦੁਨੀਆ ਦੇਖੋ ਚੱਲ ਰਹੀ ਹੈ ਹੁਣ, ਭਾਵੇਂ ਦੇਖੋ ਪਹਿਲਾਂ ਰਵਾਇਤੀ ਪਾਰਟੀਆਂ ਸੀਗੀਆਂ, ਹੁਣ ਇੱਕ ਆਮ ਆਦਮੀ ਪਾਰਟੀ ਵੀ ਇੱਕ ਪੜਾਅ 'ਤੇ ਆਈ ਹੈ, ਇੱਕ ਸਟਾਰਟਿੰਗ ਕੀਤੀ ਹੈ। ਉਹ ਇੱਕ ਆਸ ਹੀ ਸੀਗੀ ਕਿ ਹਾਂਜੀ ਕਿ ਵੀ ਪੋਲੀਟਿਕਸ ਚੇਂਜ ਕਰ ਕੋਈ ਤੀਜੀ। ਤੁਸੀਂ ਕਹੇ ਆਸ ਸੀ, ਆਸ ਹੈ ਹੁਣ, ਡਿਸੀਜਨ ਹੈ, ਉਹ ਇੱਕ ਸੋਚ ਸਮਝ ਕੇ ਲਿਆ ਹੋਇਆ ਡਿਸੀਜਨ ਹੈ। ਜਿਵੇਂ ਮੈਂ ਤੁਹਾਨੂੰ ਪਹਿਲੇ ਸੈਗਮੈਂਟ ਦੇ ਵਿੱਚ ਦੱਸਿਆ ਕਿ ਪੰਚਾਇਤੀ ਇਲੈਕਸ਼ਨਾਂ ਦੇ ਰਿਲੇਟਡ ਅਸੀਂ ਬਹੁਤ ਪਹਿਲਾਂ ਤੋਂ, ਤੁਸੀਂ ਜਸਟਿਸ ਸਿੰਘ ਪੋਲੀਟੀਕਲ ਨਫਾ ਨੁਕਸਾਨ ਦੇਖ ਰਹੇ ਹੋ ਨਾ ਤੁਸੀਂ? ਫਿਰ ਨਹੀਂ, ਪੋਲੀਟੀਕਲ ਨਫਾ ਨੁਕਸਾਨ ਕਿੱਥੋਂ ਆ ਗਿਆ? ਕਿਉਂਕਿ ਜੇ ਪੋਲੀਟੀਕਲ ਨਫਾ ਨੁਕਸਾਨ ਦੇਖਦੇ ਹੋ ਫਿਰ ਉਹ ਨੀਤੀ ਤਾਂ ਤੁਹਾਡੀ ਦਾ ਹਿੱਸਾ ਹੋ ਸਕਦੇ ਆ, ਜੇ ਨੀਤੀ ਸਾਡੀ ਲੋਕ ਹੋਣ ਤਾਂ ਫਿਰ ਉਹ ਨੀਤੀ ਦਾ ਹਿੱਸਾ ਨਹੀਂ ਹੋਣਗੇ ਮੈਨੂੰ ਲੱਗਦਾ। ਮੈਂ ਇਸ ਕਰਕੇ ਤੁਹਾਨੂੰ ਸਵਾਲ ਕਰ ਰਿਹਾ ਕਿਉਂਕਿ ਤੁਸੀਂ ਵਾਰ ਵਾਰ ਇਹ ਦਾਅਵਾ ਕੀਤਾ ਸੀ ਅਸੀਂ ਸਿਆਸਤ ਬਦਲਣੀ ਹੈ, ਸੱਤਾ ਬਦਲਣੀ ਹੈ ਅਸੀਂ। ਪਰ ਮੈਨੂੰ ਸਮਝ ਨਹੀਂ ਆ ਰਿਹਾ ਕਿ ਤੁਸੀਂ ਕੀ ਫਾਊਂਡੇਸ਼ਨ ਕੀ ਬਣਾ ਰਹੇ ਹੋ ਆਪਣੀ ਗੱਲ ਦੀ। ਮੈਂ ਫਾਊਂਡੇਸ਼ਨ ਨਹੀਂ ਬਣਾ ਰਿਹਾ, ਤੁਸੀਂ ਇੱਕ ਪੁਆਇੰਟ, ਮੈਂ ਤਾਂ ਇੱਕ ਸਧਾਰਨ ਸਵਾਲ ਕਰ ਰਿਹਾ ਵੀ ਇਹਨਾਂ ਪਾਰਟੀਆਂ ਨੂੰ ਇਹਨਾਂ ਰਵਾਇਤੀ ਪਾਰਟੀਆਂ ਤੁਸੀਂ ਕਹਿੰਦੇ ਹੋ, ਰਵਾਇਤੀ ਜਮਾਤ ਦੇ ਵਿੱਚੋਂ ਕੁਝ ਤਾਂ ਨਵਾਂ ਨਿਕਲੇ ਨਾ, ਦੀਵਾ ਤਾਂ ਤੁਹਾਡੇ ਹੱਥ ਆ। ਨਹੀਂ ਤਾਂ ਫਿਰ ਅਸੀਂ ਇੱਕ ਸ਼ੁਰੂਆਤ ਕੀਤੀ ਨਾ, ਅਸੀਂ ਹੀ ਹਾਂ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਪਿਛਲੇ ਸਾਲ ਤੋਂ ਵਾਰ ਵਾਰ ਇੱਕ ਗੱਲ ਦੇ ਉੱਪਰ ਪ੍ਰੈਸ਼ਰ ਪਾ ਰਹੇ ਕਿ ਜਿਹੜੀ ਪੰਚਾਇਤੀ ਇਲੈਕਸ਼ਨਾਂ ਹੈ ਉਹ ਜਿਹੜੀ ਹੈ ਉਹਦੇ 'ਚ ਪਾਟੋਤਾੜ ਨਹੀਂ ਹੋਣੀ ਚਾਹੀਦੀ, ਉਹ ਸਰਬਸੰਮਤੀ ਨਾਲ ਹੋਣੀ ਚਾਹੀਦੀ ਹੈ, ਅਤੇ ਅਸੀਂ ਉਹਦੇ ਵਾਸਤੇ ਇੱਕ ਸਟੈਪ ਲਿਆ। ਤੁਹਾਡੇ 'ਤੇ ਇੱਕ ਸਵਾਲ ਉੱਠਦਾ ਜਸੇ ਸਿੰਘ, ਆਮ ਆਦਮੀ ਪਾਰਟੀ ਤੁਹਾਡੇ ਸਵਾਲ ਇਹ ਉੱਠਦਾ ਕਿ ਤੁਸੀਂ ਉਹਨਾਂ ਚੋਣਾਂ 'ਚੋਂ ਭੱਜਦੇ ਹੋ ਜਿਹਨਾਂ ਚੋਣਾਂ 'ਚ ਤੁਹਾਨੂੰ ਪਤਾ ਤੁਹਾਡੇ ਗਰਾਊਂਡ 'ਤੇ ਕੁਛ ਹੈ ਨੀਗਾ, ਇਹਨਾਂ ਦਾ ਪਾਸੇ ਹੋ ਜਾਈਏ। ਤੁਹਾਡੇ 'ਤੇ ਸਵਾਲ ਇਹ ਪੁੱਛਿਆ ਜਾਂਦਾ, ਜੋ ਤੁਸੀਂ ਸਰਬਸੰਮਤੀ ਦੀ ਗੱਲ ਕਰਦੇ ਹੋ ਨਾ ਉਹਦੇ ਵਿੱਚ ਹੀ ਸ਼ੰਕੇ ਪੈਦਾ ਕੀਤੇ ਜਾ ਰਹੇ ਆ। ਦੇਖੋ ਸਾਡਾ ਜਿਹੜਾ ਜਿਹੜੇ ਸਾਡੇ 20 MLAs ਬਣੇ ਸੀਗੇ, ਹੁਣ ਭਾਵੇਂ 12 ਕਹਿੰਦੇ ਜਾਂ ਜੋ ਵੀ ਹੈ, ਉਹਦੇ 'ਚ ਸਾਰੇ ਦੇ ਸਾਰੇ ਮੈਂ ਕਹਾਂ ਕਿ ਉਹ ਮੋਸਟਲੀ ਜਿਹੜੇ ਜਿੱਥੇ ਪਿੰਡਾਂ ਦੀ ਤਾਦਾਦ ਜ਼ਿਆਦਾ ਹੈ, ਠੀਕ ਹੈ, ਐਂਡ ਸਾਰਿਆਂ ਨੂੰ ਪਤਾ ਸੀ ਵੀ ਹਾਂਜੀ ਪਿੰਡਾਂ ਦੀ ਤਾਦਾਦ ਜ਼ਿਆਦਾ ਹੈ ਅਤੇ ਜਿਹੜਾ ਪਿੰਡ ਦਾ ਵੋਟਰ ਹੈ ਉਹਨੇ ਸਾਨੂੰ ਵੋਟ ਪਾਈ ਹੈ ਜ਼ਿਆਦਾ। ਸ਼ਹਿਰ ਦਾ ਕਿਉਂਕਿ ਉਹ ਇੱਕ ਪਲਾਨ ਹੋਇਆ, ਮੋੜ ਮੰਡੀ ਦਾ ਬਲਾਸਟ ਹੋਇਆ, ਉਹਦੇ ਤਹਿਤ ਸ਼ਹਿਰ ਦੀ ਵੋਟ ਜਿਹੜੀ ਸਾਡੀ ਖਿੱਚੀ ਗਈ ਉਹ ਮਤਲਬ ਖਤਮ ਹੋਈ ਹੈ। ਅਤੇ ਸਾਨੂੰ ਇਹਦੇ 'ਚ ਜਿੱਥੇ ਅਸੀਂ ਇਲੈਕਸ਼ਨ ਲੜੇ ਹਾਂ ਪਠਾਨਕੋਟ ਦੇ, ਸਾਨੂੰ ਚੰਗਾ ਨਹੀਂ ਰਿਜ਼ਲਟ ਮਿਲਿਆ, ਉਹਦੇ ਬਾਵਜੂਦ ਅਸੀਂ ਸ਼ਾਹਕੋਟ ਲੜੇ ਹਾਂ। ਐਂਡ ਤੁਸੀਂ ਇਹ ਦੇਖੋ ਕਿ ਆਮ ਆਦਮੀ ਪਾਰਟੀ ਇਹਨਾਂ ਸਾਰੀਆਂ ਚੋਣਾਂ ਪਿੱਛੇ ਜਿਹੜੀਆਂ ਹੋਈਆਂ ਪੂਰੇ ਦੇਸ਼ 'ਚ, ਤੇਲੰਗਾਨਾ ਤੋਂ ਲੈ ਕੇ ਰਾਜਸਥਾਨ ਤੱਕ ਸਾਰੀਆਂ ਲੜੀ ਹੈ। ਡਿਸਪਾਈਟ ਦਿਸ ਫੈਕਟ, ਸਾਨੂੰ ਪਤਾ ਸੀਗਾ ਸਾਡਾ ਨਹੀਂ ਇੱਕ ਟੈਲੀ ਵਧੀਆ ਨਹੀਂ ਆਉਣੀ, ਪਰ ਅਸੀਂ ਲੜੇ ਹਾਂ ਕਿਉਂਕਿ ਅਸੀਂ ਜੇ ਆਵਾਂਗੇ ਤਾਂ ਇੱਕ ਲੋਕਾਂ ਨੂੰ ਤੀਜੇ ਧਿਰ ਨਜ਼ਰ ਆਉਣੀ ਸ਼ੁਰੂ ਹੋਏਗੀ। ਸਿਰਫ ਲੋਕਾਂ ਨੂੰ ਹੀ ਨਹੀਂ, ਜਿਹੜੀ ਰਵਾਇਤੀ ਪਾਰਟੀਆਂ ਉਹਨਾਂ ਨੂੰ ਵੀ ਇੱਕ ਨਜ਼ਰ ਆਉਂਦਾ ਕਿ ਹਾਂਜੀ ਇੱਕ ਬੰਦਾ ਹੋਰ ਫੀਲਡ ਦੇ ਵਿੱਚ ਹੈਗਾ ਅਤੇ ਕੰਮ ਇਸ ਕਰਕੇ ਸ਼ਾਇਦ ਉਸੇ ਡਰ ਨਾਲ ਸ਼ਾਇਦ ਇਹ ਕੰਮ ਕਰ ਲੈਣ। ਠੀਕ ਠੀਕ ਹੈ ਸਿੰਦਰ ਸਿੰਘ, ਇਹ ਗ੍ਰਾਮ ਸਭਾ ਐਡੀ ਖੂਬਸੂਰਤ ਇਕਾਈ ਆ, ਉਸਦਾ ਕਤਲ ਕਿਹਨੇ ਕੀਤਾ? ਮੈਂ ਕਹਾਣੀ ਨਹੀਂ ਕਹਾਂ, ਮੈਂ ਕਤਲ ਕਹਿ ਰਿਹਾ ਸਿੱਧਾ। ਨਹੀਂ ਉਹਦਾ ਦੇਖੋ, ਉਹਦਾ ਸਭ ਤੋਂ ਵੱਡਾ ਫੋਲਟ ਮੈਂ ਤਾਂ ਅਫਸਰਾਂ ਦਾ ਆਖਾਂਗਾ, ਜਿਨ੍ਹਾਂ ਨੇ ਜੇ ਕੋਈ ਸਰਪੰਚ ਪੰਚਾਇਤ ਦੀ ਚੋਣ ਹੁੰਦੀ ਹੈ ਪੜ੍ਹਿਆ ਲਿਖਿਆ ਉਹ 'ਚੋਂ ਕੋਈ ਨਾ ਹੋਏ
ਅਨਪੜ੍ਹ ਵੀ ਹੁੰਦੇ ਤੁਸੀਂ ਅਫਸਰ ਹਟਾਏ ਹੋ ਅਨਪੜ੍ਹ ਉਹਦੇ ਗਲਤੀ ਵੇਖੋ ਫਿਰ ਮੈਨੂੰ ਦੱਸਾਂ ਕੁਛ ਤਾਂ ਕਰਨਾ ਉਹ ਇਹਨਾਂ ਨੇ ਕਿਹਾ ਕੰਮ ਦਾ ਜ਼ਿਕਰ ਕੀਤਾ ਸੀ ਨਾ ਸਿਸਟਮ ਕੁਝ ਕਾਂ ਦਾ ਹਟਾਉਣੇ ਪੈਣੇ ਆ ਸਿਸਟਮ ਹਿੱਲਿਆ ਕੋਲੈਪਸ ਦੇ ਨੇੜੇ ਵੀ ਪਹੁੰਚ ਚੁੱਕਾ ਇਹ 'ਚ ਵੀ ਕੋਈ ਸ਼ੱਕ ਨਹੀਂ ਮੈਨੂੰ ਸਿੰਧਰ ਗੱਲ ਇੱਕ ਚੀਜ਼ ਸਮਝ ਨਹੀਂ ਜ਼ਿੰਮੇਵਾਰੀ ਹੈ ਮੈਨੂੰ ਇੱਕ ਚੀਜ਼ ਸਮਝ ਨਹੀਂ ਆਉਂਦੀ ਕਾਨੂੰਨ ਹੋਣ ਦੇ ਬਾਵਜੂਦ ਜੇ ਸਰਪੰਚ ਸਸਪੈਂਡ ਨਹੀਂ ਹੋ ਰਹੇ ਉਹ ਉਹਦੇ ਲਈ ਅਫਸਰ ਜ਼ਿੰਮੇਵਾਰ ਹੈ ਜੇ ਉੱਥੇ ਪੈਸਾ ਸਹੀ ਤੱਕ ਨਹੀਂ ਪਹੁੰਚਦਾ ਉਹਦੇ ਲਈ ਅਫਸਰ ਜ਼ਿੰਮੇਵਾਰ ਸਿਆਸਤ ਤੁਸੀਂ ਕੀ ਕਰਦੇ ਪਏ ਹੋ ਇਹ ਬਿਲਕੁਲ ਐਗਜ਼ਾਮਪਲ ਨਹੀਂ ਸੈੱਟ ਕੀਤੇ ਗਏ ਨਹੀਂ ਸੈੱਟ ਕੀਤੇ ਸੈੱਟ ਕੀਤੇ ਗਰਨ ਸਿੰਘ ਵਾਲੀ ਕਮਜ਼ੋਰੀ ਹੈ ਗਰਨ ਸਿੰਘ ਵਾਲੀ ਕੌਣ ਜ਼ਿੰਮੇਵਾਰ ਹੈ ਇਹ ਪਿੰਡ ਦੀ ਸਰਕਾਰ ਜਿਹੜੀ ਪਿੰਡ ਦੀ ਸਰਕਾਰ 'ਚ ਪਾਟੋ ਧੜ ਪਈ ਹੋਈ ਹੈ ਮੈਂ ਇੱਕ ਆਖਰੀ ਸਵਾਲ ਤੁਹਾਡੇ ਤੋਂ ਲੈਣਾ ਚਾਹੁੰਦਾ ਮੈਂ ਇਸ 'ਤੇ ਹੋਰ ਵੀ ਡਿਬੇਟ ਕਰਨੀ ਹੈਗੀ ਆ ਮੈਂ ਅਗਲੇ ਹਿੱਸਿਆਂ ਦੇ ਵਿੱਚ ਜ਼ਰੂਰ ਕਰੂੰਗਾ ਕੌਣ ਜ਼ਿੰਮੇਵਾਰ ਹੈ ਪਿੰਡ ਦੀ ਸਰਕਾਰ 'ਚ ਪਾਟੋ ਧੜ ਜਿਹੜੀ ਪਈ ਹੈ ਨਹੀਂ ਮੈਂ ਤੁਸੀਂ ਸਿਆਸਤਦਾਨ 'ਤੇ ਜਦੋਂ ਵਾਰ ਵਾਰ ਗੱਲ ਅੱਗੇ ਖੜੀ ਕਰ ਦਿੰਦੇ ਹੋ ਨਾ ਅਗਰ ਤੁਸੀਂ KP ਜੀ ਸਿਆਸਤਦਾਨ ਨੂੰ ਦੇਖੋ ਨਾ ਇੱਕ ਅਫਸਰ 30 ਸਾਲ ਨੌਕਰੀ ਕਰਦਾ ਹੈ ਤੇ ਜਿਹੜਾ ਇੱਕ ਸਿਆਸਤਦਾਨ ਹੈ ਜਿਹੜਾ ਮਿਨਿਸਟਰ ਆਉਂਦਾ ਹੈਗਾ ਜਾਂ ਛੋਟਾ ਮਿਨਿਸਟਰ ਆਉਂਦਾ ਰਾਜ ਮੰਤਰੀ ਆਉਂਦਾ ਉਹ 3 ਸਾਲ ਵਾਸਤੇ ਆਉਂਦਾ ਜਾਂ 1 ਸਾਲ ਵਾਸਤੇ ਆਉਂਦਾ ਜਾਂ 2 ਸਾਲ ਵਾਸਤੇ ਆਉਂਦਾ ਕੁਛ ਕਿਸਮਤ ਅੱਛੀ ਹੋਵੇ ਤਾਂ 5 ਸਾਲ ਮਿਨਿਸਟਰ ਨਿਕਲ ਜਾਂਦਾ ਹੈਗਾ ਵੇ ਬਿਲਕੁਲ ਸਾਰੀ ਜਿਹੜੀ ਚੀਜ਼ ਹੁੰਦੀ ਹੈ ਨਾ ਆਫੀਸਰ ਸਾਹਿਬਾਨ 'ਤੇ ਹੁੰਦੀ ਹੈ ਜਿੰਨਾ ਕੁ ਅਸੀਂ ਆਪਣੀ ਸਰਕਾਰ ਦੇ ਵਿੱਚ ਦੇਖ ਰਹੇ ਹਾਂ ਨਾ ਜਿਹੜਾ ਰਿਜ਼ਲਟ ਥੱਲਿਓਂ ਉੱਪਰ ਜਾਂਦਾ ਹੈਗਾ ਨਾ ਸਰਕਾਰਾਂ ਹਿੰਦੁਸਤਾਨ ਦੀਆਂ ਹੋਣ ਅਤੇ ਸਰਕਾਰਾਂ ਅਗਰ ਸਟੇਟ ਦੀਆਂ ਹੋਣ ਫੇਲ ਕਿਵੇਂ ਹੋ ਜਾਣ ਅਗਰ ਕੰਮ ਥੱਲੇ ਚੰਗਾ ਚੱਲਦਾ ਹੋਵੇ ਮੈਨੂੰ ਪੂਰੀ ਗੱਲ ਸਰ ਵਿੱਚ ਅਗਰ ਥੱਲੇ ਅਗਰ ਆਫੀਸਰ ਸਾਹਿਬਾਨ ਠੀਕ ਕੰਮ ਕਰਦੇ ਹੋਣ ਸਰਕਾਰਾਂ ਚੱਲੀਆਂ ਕਿਉਂ ਜਾਣ ਸਰਕਾਰਾਂ ਹੁਕਮਰਾਨ ਜਿਹਨਾਂ ਨੂੰ ਤੁਸੀਂ ਕਹਿੰਦੇ ਹੋ ਵੀ ਇਹ ਹੁਕਮਰਾਨ ਨੇ ਉੱਥੇ ਜਦੋਂ ਜਾਂਦੇ ਨੇ ਨਾ ਅਫਸਰ ਲੈ ਕੇ ਸਰ ਇਹ ਮਤ ਕਰੀਏ ਇਸੇ ਐਸੀ ਹੋ ਜਾਏਗਾ ਸਰ ਆਹ ਮਤ ਕਰੋ ਇਹਦੇ ਨਾਲ ਇੱਦਾਂ ਹੋ ਜਾਏਗਾ ਸਿਰਫ ਸਿਆਸਤ ਨਾਲ ਡਰਦਾ ਇਹ ਕੋਈ ਸਿਆਸਤਦਾਨ ਇਹੋ ਜਿਹਾ ਹੋਏਗਾ ਜਿਵੇਂ ਮੈਂ ਆਪਣੀ ਗੱਲ ਹੀ ਕਵਾਂਗੇ ਵੀ ਆਪਾਂ ਪਰਵਾਹ ਹੀ ਨਹੀਂ ਕਰਦੇ ਕਿਸੇ ਗੱਲ ਦੀ ਇਹਦਾ ਮਤਲਬ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਨਾ ਤੁਹਾਡੇ ਸਵਾਲ ਦੇ ਮੈਂ ਐਡ ਆਨ ਕਰ ਰਿਹਾ ਇਹਦਾ ਮਤਲਬ ਜਿਹੜੇ ਸਿਆਸਤਦਾਨਾਂ ਕੋਲ ਉਹ ਅਫਸਰ ਸ਼ਾਹੀ ਜਾਂਦੀ ਹੈ ਕਿ ਇਹਦਾ ਮਤਲਬ ਸਿਆਸਤਦਾਨ ਨੂੰ ਉਸ ਪਾਲਿਸੀ ਸਮਝ ਨਹੀਂ ਹੈਗੀ ਅਫਸਰ ਆਪਦੇ ਤਰੀਕੇ ਨਾਲ ਸਰਕਾਰਾਂ ਚਲਾ ਰਹੇ ਮੈਂ ਬਿਲਕੁਲ ਤੁਹਾਡੇ ਹਿਸਾਬ ਨਾਲ ਬਿਲਕੁਲ ਐਗਰੀ ਕਰਦਾ ਮੈਂ ਤੁਹਾਨੂੰ ਹੁਣ ਵੀ ਕਹਿੰਦਾ ਜੇ ਅਸੀਂ ਪ੍ਰੈਕਟੀਕਲ 1984 ਤੋਂ ਲੈ ਕੇ ਹੁਣ ਤੱਕ ਇੰਨੀ ਦੂਰ ਤੱਕ ਆਇਆ ਤਾਂ ਸਾਨੂੰ ਕੁਝ ਪ੍ਰੈਕਟੀਕਲ ਸਮਝ ਆਈ ਗੱਲ ਕਈ ਵਾਰੀ ਇਹੋ ਜਿਹੀ ਗੱਲ ਹੋ ਜਾਂਦੀ ਹੈ ਕਿ ਮਿਨਿਸਟਰ ਸਾਹਿਬਾਨ ਨੂੰ ਮੰਨੀ ਪੈਂਦੀ ਹੈ ਮੰਨੀ ਪੈਣ ਦੇ ਵਿੱਚ DC ਹੈਵੀ ਹੋ ਜਾਂਦੇ ਨੇ ਸੈਕਟਰੀ ਹੈਵੀ ਹੋ ਜਾਂਦੇ ਨੇ ਮੈਂ ਇਸ ਸਵਾਲ ਤੇ ਆ ਰਿਹਾ ਡਾਕਟਰ ਗਿਆਨ ਸਿੰਘ ਜੇ ਧੱਕੇਸ਼ਾਹੀ ਹੋ ਰਹੀ ਹੈ ਤੇ ਅਫਸਰ ਸਾਹਿਬ ਜ਼ਿੰਮੇਵਾਰ ਹੈ ਬਿਲਕੁਲ ਮੈਂ ਇਹੀ ਸੁਣ ਰਿਹਾ ਜੀ ਵਾਰ ਵਾਰ ਪਰ ਅਫਸਰ ਕਿਹਦੇ ਅਫਸਰ ਕਿਹਦੇ ਹੈਡ ਜ਼ਿੰਮੇਵਾਰ ਹੈ ਤੇ ਇੱਕ ਗੱਲ ਤੁਸੀਂ ਪਹਿਲਾਂ ਪੁੱਛੀ ਸੀ ਉਹਦੇ ਬਾਰੇ ਮੈਂ ਜਗ੍ਹਾ ਜ਼ਰੂਰ ਕਰਨਾ ਚਾਹੁੰਦਾ ਫੈਡਰਲਿਜ਼ਮ ਦੀ ਗੱਲ ਗੱਲ ਤਾਂ ਸਾਰੀਆਂ ਪਾਰਟੀਆਂ ਨੇ ਘੁੱਟ ਕੇ ਰਲ ਕੇ ਘੁੱਟਿਆ ਇੱਥੋਂ ਤੱਕ ਕਿ ਜਿਹਨੇ ਆਨੰਦਪੁਰ ਸਾਹਿਬ ਦਾ ਮਤਾ ਲੈਂਦਾ ਸੀ ਉਹ ਵੀ ਘੁੱਟਣ 'ਚ ਹੈ GST ਅੱਡੀਆਂ ਚੱਕ ਕੇ ਪਾਸ ਕੀਤੀ ਗਈ ਹੈ GST ਸੈਂਟਰਲਾਈਜੇਸ਼ਨ ਆਫ ਫਾਈਨੈਂਸ਼ੀਅਲ ਪਾਵਰਸ ਹੈਗਾ ਉਹਦੇ ਨਾਲ ਕਿਵੇਂ ਦੇਸ਼ ਤੜਫ ਰਿਹਾ ਹੈਗਾ ਅਸੀਂ ਜਾਂ ਫੈਡਰਲਿਜ਼ਮ ਨਾਲ ਗੱਲ ਘੁੱਟਦੇ ਹਾਂ ਇਹਦੇ ਨਾਲ ਸਾਡਾ ਸਾਰਾ ਹੀ ਗੱਲ ਘੁੱਟਿਆ ਜਾਂਦਾ ਥੱਲੇ ਤੱਕ ਅਸੀਂ ਜਿਹੜੀ ਡਿਸੈਂਟਰਲਾਈਜੇਸ਼ਨ ਕਰਨੀ ਹੈ ਉਹ ਸਾਡਾ ਅਸੀਂ ਸੱਤਿਆਨਾਸ਼ ਕਰ ਰਹੇ ਹਾਂ ਸਾਰੀਆਂ ਪਾਰਟੀਆਂ ਜ਼ਿੰਮੇਵਾਰ ਆ ਸੰਘੀ ਢਾਂਚੇ ਦੀ ਸੰਘੀ ਕੁੱਟਣ ਦੇ ਦੇਖੋ ਸੰਘੀ ਢਾਂਚੇ ਦਾ ਸਵਾਲ ਹੈ ਮੈਂ ਇੱਕ ਮਿੰਟ ਪਾਰਟੀਆਂ ਦੇ ਵਿਦਿਨ ਜਿਹੜੀ ਚੋਣ ਹੋਣੀ ਆ ਉਹ ਤਾਂ ਕੋਈ ਅਫਸਰਸ਼ਾਹੀ ਨਹੀਂ ਨਾ ਕਰਾਉਂਦੀ ਪਾਰਟੀਆਂ ਦੇ ਵਿਦਿਨ ਕਿੱਥੇ ਆ ਉਹ ਸੰਘੀ ਢਾਂਚਾ ਸੋ ਜਿਹੜਾ ਸੰਘੀ ਢਾਂਚੇ ਦੀ ਇੱਕ ਸੋਚ ਹੈ ਉਹ ਕਿਸੇ ਇੰਡੀਵਿਜੁਅਲ ਪੋਲੀਟੀਸ਼ੀਅਨ ਦੀ ਜ਼ਿੰਮੇਵਾਰੀ ਨਹੀਂ ਉਹ ਇੰਡੀਵਿਜੁਅਲ ਕਿਸੇ ਪਾਰਟੀ ਦੀ ਜ਼ਿੰਮੇਵਾਰੀ ਨਹੀਂ ਪਾਰਟੀਆਂ ਦੇ ਵਿੱਚ ਇਕੱਠਾ ਹੋ ਗਿਆ ਚਲੋ ਜੀ ਤੁਸੀਂ ਫੈਸਲਾ ਕਰ ਦਿਓ ਇੱਕ ਇੰਡੀਵਿਜੁਅਲ 'ਤੇ ਇੱਕ ਵਿਅਕਤੀ ਸਾਡਾ ਕਾਨੂੰਨ ਹੀ ਬਦਲਵਾ ਲਿਆ ਕਾਨੂੰਨ ਕਿਸੇ ਉਸੇ ਪੋਲੀਟੀਸ਼ੀਅਨ ਨੇ ਨਹੀਂ ਬਦਲਿਆ ਬਿਊਰੋਕਰੇਟ ਨੇ ਕਾਨੂੰਨ ਪਾਰਲੀਮੈਂਟ 'ਚ ਪਾਸ ਹੋਇਆ ਐਂਟੀ ਡਿਫੈਕਸ਼ਨ ਦਾ ਐਂਟੀ ਡਿਫੈਕਸ਼ਨ ਲਾ ਦੇ ਵਿੱਚ ਜਦ ਆਪ ਦੀ ਚੋਣ ਹੋਈ ਹੈ ਧਰਮਵੀਰ ਗਾਂਧੀ ਉੱਥੇ ਸੈਮੀਨਾਰ 'ਚ ਮੈਂ ਪ੍ਰੈਜ਼ਾਈਡ ਕਰ ਰਿਹਾ ਸੀ ਉਸ ਦਿਨ ਧਰਮਵੀਰ ਗਾਂਧੀ ਜਿੱਤੇ ਸੀਗੇ ਰਿਜ਼ਲਟ ਨਿਕਲ ਚੁੱਕਿਆ ਸੀ ਜਦੋਂ ਉਹਨੇ ਕਿਹਾ ਮੈਂ ਕਰੂੰ ਮੈਂ ਕਿਹਾ ਤੁਸੀਂ ਜੇ ਤੁਹਾਡੇ ਕੇਜਰੀਵਾਲ ਜੀ ਵਿਪ ਜਾਰੀ ਕਰ ਦੇਣਗੇ ਵੀ ਇਸ ਦੇ ਉੱਤੇ ਇੱਧਰ ਵੋਟ ਪਾਉਣੀ ਹੈ ਤੁਹਾਡੇ 'ਚ ਹਿੰਮਤ ਹੈਗੀ ਹੈ ਇਹ ਛੱਡਣ ਦੀ ਪਾਰਲੀਮੈਂਟ ਦੀ ਸੀਟ ਜਦ ਵਿਪ ਦਾ ਫੈਸਲਾ ਹੋ ਗਿਆ ਪਾਰਲੀਮੈਂਟ ਦੇ ਵਿੱਚ ਜਿਹੜੀ ਵਿਪ ਜਾਰੀ ਕਰਤੀ ਜੇ ਵੋਟ ਉੱਧਰ ਨਹੀਂ ਪਾਉਣੀ ਤਾਂ ਉਹ ਬੰਦਾ ਗਿਆ ਅਤੇ ਪਾਵਰ ਤਾਂ ਆਪ ਹੀ ਕੰਸਨਟ੍ਰੇਟ ਹੋ ਗਈ MP ਤਾਂ ਫਿਰ ਉੱਦਾਂ ਹੀ ਰਹਿ ਗਏ ਇੱਦਾਂ ਹੀ MLA 'ਚ ਸੋ ਜਦ ਅਸੀਂ ਜਿਹੜਾ ਅਸੀਂ ਜਿੰਨਾ ਕਾਨੂੰਨ ਬਣਾਉਂਦੇ ਹਾਂ ਜਿੰਨਾ ਸਾਰਾ ਕੁਝ ਕਰਦੇ ਹਾਂ ਉਹ ਅਸੀਂ ਇਸ ਸੋਚ ਤੋਂ ਬਣਾਉਂਦੇ ਹਾਂ ਕਿ ਅਸੀਂ ਕੰਸਨਟ੍ਰੇਸ਼ਨ ਆਫ ਪਾਵਰ ਕਰਨੀ ਹੈ ਜੇ ਅਸੀਂ ਡੀਸੈਂਟਰਲਾਈਜ਼ ਕਰਨੀ ਹੁੰਦੀ ਇੱਕ ਗ੍ਰਾਮ ਸਭਾ 'ਚ ਕਿਤੇ ਕੋਈ ਕਾਨੂੰਨ ਨਹੀਂ ਬਦਲਣਾ ਪਹਿਲਾਂ ਹੀ ਕਾਨੂੰਨ ਬਣਿਆ ਹੋਇਆ ਅਸੀਂ ਇੱਕ ਅਨਾਊਂਸ ਕਰਨਾ ਸੀ ਵੀ ਹੁਣ ਤੱਕ ਜੋ ਹੋ ਗਿਆ ਹੋ ਗਿਆ ਮੈਂ ਇਸ ਗੱਲ 'ਤੇ ਐਗਰੀ ਨਹੀਂ ਕਰਦਾ ਵੀ 13,000 ਸਰਪੰਚ ਨੂੰ ਸਸਪੈਂਡ ਕਰ ਦਿਓ ਪੁਰਾਣਾ ਦੇਖੋ ਇਹਨੇ ਐਂ ਕਿਉਂ ਨਹੀਂ ਕਰਿਆ ਮੈਂ ਇਹ ਕਹਿਣਾ ਜਿਹੜੀ ਮਰਜ਼ੀ ਸਰਕਾਰ ਜਦ ਮਰਜ਼ੀ ਮੌਕੇ 'ਤੇ ਫੈਸਲਾ ਕਰ ਲਏ ਵੀ ਅੱਗੇ ਤੋਂ ਮੈਂ ਜਿੱਥੇ ਵੀ ਪ੍ਰਸ਼ਾਸਨ ਕਰਿਆ ਇਹੀ ਕਰਿਆ ਵੀ ਪਹਿਲਾਂ ਜੋ ਮਰਜ਼ੀ ਹੋ ਗਿਆ ਹੁਣ ਨਹੀਂ ਹੋਣ ਦੇਣਾ ਇਹ ਫੈਸਲਾ ਕਰ ਲਈ ਵੀ ਹੁਣ ਤਾਂ ਗ੍ਰਾਮ ਸਭਾਵਾਂ ਹੋਣਗੀਆਂ ਸਰਕਾਰਾਂ ਦੀ ਚੋਣ ਜਾਂ ਸਰਕਾਰਾਂ ਦੀ ਪ੍ਰਕਿਰਿਆ ਕੌਣ ਦੇਖਦਾ
ਅਫਸਰ ਦੇਖਦੇ ਆ ਨਾ ਸਾਰੀ ਚੋਣ ਅਫਸਰ ਕਰਾਉਂਦੇ ਸਭ ਕੁਝ ਇਹਨੇ ਮੇਰੀ ਗੱਲ ਤੁਸੀਂ ਸੁਣ ਲਓ ਮੇਰੀ ਤੁਸੀਂ ਮੇਰੀ ਗੱਲ ਕਰੋ ਟਾਈਮ ਨਹੀਂ ਮੇਰੀ ਗੱਲ ਸੁਣੋ ਇੱਕ ਗੱਲ ਸੁਣ ਲਓ ਤੁਸੀਂ ਹੱਸ ਗਏ ਹੱਸ ਲੈ ਬੋਲੋ ਬੋਲੋ ਹੱਸ ਲੈ ਹੱਸਾ ਮੇਰਾ ਹੀ ਨਿਕਲ ਗਿਆ ਮੇਰਾ ਕਹਿਣ ਦਾ ਪੈ ਬੋਲੋ ਸੁਣ ਨਹੀਂ ਸੁਣ ਰਹੇ ਸਰਕਾਰ ਸੁਣ ਰਹੇ ਇੱਥੇ ਨਹੀਂ ਸਕੀ ਕੁੱਟ ਲੈਂਦੇ ਇਲੈਕਸ਼ਨ ਕਮਿਸ਼ਨ ਦੀ ਪ੍ਰਕਿਰਿਆ ਸਾਰੇ ਅਫਸਰ ਰਨ ਕਰਦੇ ਨੇ ਅਫਸਰ ਹੀ ਪ੍ਰੈਜ਼ਾਈਡਿੰਗ ਅਫਸਰ ਹੁੰਦੇ ਨੇ ਸਰਕਾਰਾਂ ਦੀ ਚੋਣ ਵੀ ਉਹ ਸਾਰਾ ਕੁਛ ਕਰਦੇ ਨੇ ਜੇ ਅਫਸਰਾਂ ਦੀ ਨੀਅਤ ਹੋਏ ਨਾ ਤਾਂ ਪੋਲੀਟੀਸ਼ੀਅਨ ਕਿਸੇ 'ਚ ਮਤ ਨਹੀਂ ਮੈਂ ਅੱਜ ਵੀ ਤੁਹਾਨੂੰ ਕਹਿੰਦਾ ਸਰਕਾਰ ਮਿਸਗਾਈਡ ਕਰਦੇ ਹਨ ਅਫਸਰ ਮਿਸਗਾਈਡ ਕਰਦੇ ਜਸ ਤੇਜ ਮਿਸਗਾਈਡ ਕਰਦੇ ਜਸ ਤੇਜ ਕਿਸੇ ਪੋਲੀਟੀਸ਼ੀਅਨ 'ਚ ਮਤ ਨਹੀਂ ਪਿੰਡਾਂ 'ਚ ਅਫਸਰ ਜਾਂਦੇ ਸਾਰੇ ਦੇਖੋ ਗੱਲ ਇਹ ਗ੍ਰਾਮ ਸਭਾ ਨੂੰ ਕੌਣ ਰੋਕਦਾ ਮੈਂ ਮੇਰੀ ਆਪਣੀ ਸਰਕਾਰ ਹੈ ਅਸੀਂ ਲੋਕਾਂ ਨੇ ਮਿਹਨਤ ਕੀਤੀ ਅਸੀਂ ਇੱਥੇ ਤੱਕ ਆਏ ਹਾਂ 35-35 ਸਾਲ ਹੋ ਗਏ ਨੇ ਮੈਂ ਤੁਹਾਨੂੰ ਔਨ ਪ੍ਰੂਫ ਦਿਖਾ ਦਾਂਗਾ ਵਿਦ ਲੈਟਰ ਕਿ ਆਹ ਦੇਖੋ ਜੀ ਇੱਥੇ ਇਹਨੇ ਆਹ ਕੀਤਾ ਦੇਖੋ ਜੀ ਇੱਥੇ ਇਹਨੇ ਆਹ ਕੀਤਾ ਦੇਖੋ ਜੀ ਇੱਥੇ ਵਿਦ ਪ੍ਰੂਫ ਆਫੀਸਰ ਗੌਰਮੈਂਟ ਚਲਾਉਂਦਾ ਆਫੀਸਰ ਪੋਲੀਟੀਸ਼ੀਅਨ ਕਦੀ ਉਹਨੇ ਦੇ ਪਜਾਮਾ ਕੁੜਤਾ ਜਿਸੇ ਸੇ ਮੈਂ ਤੁਹਾਡਾ ਸਵਾਲ ਆ ਗਿਆ ਤੁਹਾਡਾ ਸਵਾਲ ਆ ਗਿਆ ਆਫੀਸਰ ਚਲਾਉਂਦੇ ਸਾਰਾ ਕੁਝ ਮੈਂ ਨਹੀਂ ਚਾਹੁੰਦਾ ਟਿੱਪਣੀ ਦੇਣੀ ਬਟ ਦੇਖੋ ਇਹਨਾਂ ਦੇ ਨਹੀਂ ਚਲਾਉਂਦੇ ਮੈਂ ਤਾਂ ਚੀਫ ਸੈਕਟਰੀ ਕਰ ਸਕਦੇ ਆ ਨਹੀਂ ਤੁਹਾਡੇ ਸਾਹਮਣੇ ਇਹਨਾਂ ਨੇ ਚਲਾਉਣ ਦੀ ਕੋਸ਼ਿਸ਼ ਕੀਤੀ ਇਹਨਾਂ ਦਿੱਲੀ ਕੀ ਹੋਇਆ ਦੱਸ ਇਹਨਾਂ ਨੇ ਚਲਾਉਣ ਦੀ ਕੋਸ਼ਿਸ਼ ਲਾਸਟ ਕਮੈਂਟ ਲੈ ਲਈ ਲਾਸਟ ਕਮੈਂਟ ਲੈ ਲਈ ਇਹਨਾਂ ਨੇ ਨਹੀਂ ਚਲਾਉਣ ਦੀ ਕੋਸ਼ਿਸ਼ ਕੀਤੀ ਆਪਣੇ ਕੋਲ ਟਾਈਮ ਹੋਣਾ ਟਾਈਮ ਥੋੜਾ ਹੀ ਹੈ ਮੈਂ ਮਾਫ ਕਰਨਾ ਕੀ ਹੋਇਆ ਇਹਨਾਂ ਦਾ ਜਸਤੇ ਫਟਾਫਟ ਪਲੀਜ਼ ਮੈਂ ਮਾਫ ਕਰਨਾ ਗਿੱਲ ਸਾਹਿਬ ਤੇ ਬਾਲੀ ਸਾਹਿਬ ਦੀ ਗੱਲ ਨਾਲ ਮੈਂ ਬਿਲਕੁਲ ਸਹਿਮਤ ਨਹੀਂ ਹਾਂ ਦੇਖੋ ਜਿਹੜੀ ਅਸੈਂਬਲੀ ਇਲੈਕਸ਼ਨ ਹੋਈ ਸੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਕਰਾਈ ਸੀ ਉਹ ਬਿਲਕੁਲ ਕਾਫੀ ਕਲੀਨ ਗਈ ਸਿਰਫ ਇੱਕ ਬਲਾਸਟ ਜਿਹੜਾ ਹੋਇਆ ਚਲੋ ਸਾਰਿਆਂ ਨੂੰ ਪਤਾ ਉਹਦੇ 'ਚ ਕੌਣ ਕੌਣ ਰਲਿਆ ਹੋਇਆ ਸੀਗਾ ਕਿਉਂ ਉਹ ਕਲੀਨ ਕਿਉਂ ਗਈ ਕਿਉਂਕਿ ਸੰਵਿਧਾਨਿਕ ਤੌਰ 'ਤੇ ਜਿਹੜੀ ਇਲੈਕਸ਼ਨ ਕਮਿਸ਼ਨ ਦੇ ਵਿੱਚ ਜਿਹੜੇ ਅਫਸਰਾਨ ਨੇ ਉਹ ਮਤਲਬ ਆਜ਼ਾਦ ਨੇ ਚਲੋ ਹੁਣ ਇਹਦੇ ਲਈ ਸੂਬਾ ਚੋਣ ਕਮਿਸ਼ਨ ਜ਼ਿੰਮੇਵਾਰ ਹੈ ਫਿਰ ਇੱਕ ਮਿੰਟ ਸੁਣ ਲਓ ਸਟੇਟ ਇਲੈਕਸ਼ਨ ਕਮਿਸ਼ਨ ਜੋ ਹੈ ਟੋਟਲੀ ਸਟੇਟ ਗਵਰਨਮੈਂਟ ਦੇ ਅੰਡਰ ਹੈ ਠੀਕ ਹੈ ਹੁਣ ਤਾਂ ਹੀ ਇੰਨੀ ਜ਼ਿਆਦਾ ਪ੍ਰੋਬਲਮਸ ਆ ਰਹੀਆਂ ਭਾਵੇਂ ਕਾਰਪੋਰੇਸ਼ਨ 'ਚ ਇਹੀ ਸਵਾਲ ਅਸੈਂਬਲੀ 'ਚ ਕਿਉਂ ਨਹੀਂ ਉੱਠੇ ਕਦੇ ਵੀ ਕਿਉਂਕਿ ਉਹ ਜਿਹੜੀ ਹੈ ਸੰਵਿਧਾਨਿਕ ਤੌਰ 'ਤੇ ਆਜ਼ਾਦ ਹੈ ਇੰਡੀਪੈਂਡੈਂਟ ਹੈ ਠੀਕ ਹੈ ਸੋ ਮੇਰੇ ਹਿਸਾਬ ਨਾਲ ਸਰਕਾਰਾਂ ਦਾ ਸਭ ਤੋਂ ਮੇਜਰ ਰੋਲ ਹੈ ਜੇ ਇਹ ਪਾਟੋ ਤਾੜ ਹੋ ਰਹੀ ਹੈ ਬਹੁਤ ਉੱਚੀ ਪਦਵੀ ਤੇ ਬੈਠੇ ਨੇ ਚਲੋ ਹਿੰਦੁਸਤਾਨ ਚ ਦੋ ਤਿੰਨ ਚੌਂਕ ਸਿੰਘ ਤੁਹਾਡਾ ਬਹੁਤ ਧੰਨਵਾਦ ਜਸਤੇਜ ਸਿੰਘ ਤੁਹਾਡਾ ਬਹੁਤ ਧੰਨਵਾਦ ਡਾਕਟਰ ਪਹਿਲਾਗਰ ਤੁਹਾਡਾ ਬਹੁਤ ਧੰਨਵਾਦ ਤੇ ਡਾਕਟਰ ਗਿਆਨ ਸਿੰਘ ਤੁਹਾਡਾ ਬਹੁਤ ਧੰਨਵਾਦ ਜਦੋਂ ਪਾਰਟੀਆਂ ਦੇ ਵਿੱਚ ਹੀ ਪਾਟੋ ਤਾੜ ਹੋਵੇ ਤਾਂ ਫਿਰ ਪੰਚਾਇਤਾਂ 'ਚ ਪਾਟੋ ਤਾੜ ਆਵੇਗੀ ਆਵੇਗੀ ਸਿਸਟਮ ਉੱਪਰੋਂ ਥੱਲੇ ਤੱਕ ਚੱਲਦਾ ਜਾਂ ਥੱਲੋਂ ਉੱਪਰ ਤੱਕ ਚੱਲਦਾ ਹੈਗਾ ਇਹ ਸਾਨੂੰ ਸੋਚਣਾ ਪਵੇਗਾ ਕਿ ਪਾਣੀ ਦਾ ਵਹਾਅ ਕਿੱਧਰ ਨੂੰ ਜਾ ਰਿਹਾ ਹੈਗਾ ਜਿਹੜਾ ਉਚਾਈ 'ਤੇ ਜਾਂਦਾ ਉਹਨੇ ਥੱਲੇ ਵੀ ਆਉਣਾ ਹੈਗਾ ਜਿਹੜਾ ਉਚਾਈ 'ਤੇ ਜਾਂਦਾ ਜੋ ਥੱਲੇ ਆਉਂਦਾ ਅਤੇ ਉਹਨਾਂ ਨੂੰ ਜ਼ਰੂਰ ਮਿਲਦਾ ਹੈਗਾ ਜਿਹਨਾਂ ਨੂੰ ਰਸਤੇ 'ਚੋਂ ਛੱਡ ਕੇ ਜਾਂਦਾ ਹੈਗਾ ਇਸ ਲਈ ਰਸਤੇ 'ਚ ਮਿਲਣ ਵਾਲਿਆਂ ਨੂੰ ਚੰਗੀ ਤਰ੍ਹਾਂ ਮਿਲਿਆ ਕਰੋ ਇਹ ਸਿਆਸਤਦਾਨ ਜੇ ਤੁਹਾਡੇ 'ਚ ਲੜਾਈਆਂ ਕਰਾਉਂਦੇ ਹੈਗੇ ਆ ਫਿਰ ਸਿਆਸਤਦਾਨ ਕਹਿਣਗੇ ਸਾਡੇ 'ਤੇ ਇਲਜ਼ਾਮ ਲਾਉਂਦੇ ਹੈਗੇ ਆ ਜੇ ਸਿਆਸਤਦਾਨ ਤੁਹਾਡੇ 'ਚ ਲੜਾਈਆਂ ਕਰਾਉਂਦੇ ਹੈਗੇ ਆ ਤੁਹਾਨੂੰ ਸਮਝਣਾ ਪਵੇਗਾ ਜੇ ਸਿਆਸਤਦਾਨ ਪਾਟੋ ਦਾੜ ਕਰਾ ਰਹੇ ਤੁਹਾਨੂੰ ਸਮਝਣਾ ਪਵੇਗਾ ਤੁਸੀਂ ਆਪਣੇ ਵੱਖਰੇਵੇਂ ਆ ਜਿਹੜੇ ਉੱਥੇ ਤੱਕ ਸੀਮਤ ਰੱਖੋ ਇਹ ਚੋਣਾਂ ਆਉਂਦੀਆਂ ਜਾਂਦੀਆਂ ਰਹਿਣਗੀਆਂ ਸਰਬਸੰਮਤੀ ਵਾਲਾ ਪਹਿਰਾਵਾ ਉਹ ਤੁਸੀਂ ਪਾ ਲਓ ਜੇ ਨਹੀਂ ਪਾਓਗੇ ਤਾਂ ਫਿਰ ਵੱਟਾਂ ਤਾਂ ਵਿਛੀਆਂ ਹੀ ਪਈਆਂ ਬਹੁਤ ਧੰਨਵਾਦ